ਤੁਸੀਂ ਦੇਖ ਰਹੇ ਹੋ ਗੁੱਡ ਮਾਰਨਿੰਗ ਸੰਗਤ ਲਾਈਵ ਪ੍ਰੋਗਰਾਮ ਤੇ ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰੀ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਵੇਂ ਉਹਨਾਂ ਨੂੰ ਪਤਾ ਹੀ ਹੈ ਕਿ ਇਹ ਸਾਡਾ ਲਾਈਵ ਪ੍ਰੋਗਰਾਮ ਹੁੰਦਾ ਹੈ। ਇਸ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ, ਆਪਣੇ ਵਡਮੁੱਲੇ ਵਿਚਾਰ ਪੇਸ਼ ਕਰ ਸਕਦੇ ਹੋ ਤੇ ਜਿਹੜੇ ਆਪਣੇ ਦਿਲ ਦੇ ਵਲਵਲੇ ਨੇ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਸਵਾਲ ਵੀ ਲੈ ਸਕਦੇ ਹੋ। ਇਹ ਸਾਡਾ ਲਾਈਵ ਪ੍ਰੋਗਰਾਮ ਹੁੰਦਾ, ਸਕਰੀਨ ਤੇ ਦਿੱਤੇ ਨੰਬਰਾਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਜਿਹੜਾ ਆ ਉਹ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਤੇ ਅਸੀਂ ਅੱਜ ਦੀ ਗੱਲ ਕਰੀਏ, ਅੱਜ ਦਿਨ ਮੰਗਲਵਾਰ 18 ਜਨਵਰੀ 2022 ਅਤੇ 5 ਮਾਘ ਨਾਨਕਸ਼ਾਹੀ 2022। ਅਤੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਿਹੜੇ ਆ ਹੈਲਥ ਸੰਬੰਧੀ ਟਿਪਸ ਵੀ ਦੇਵਾਂਗੇ ਅਤੇ ਜਿਹੜੇ ਨੇ ਇਤਿਹਾਸ ਦੇ ਵਿੱਚ ਦੇ ਚਰੋਕਿਆਂ ਦੇ ਵਿੱਚੋਂ ਤੁਹਾਨੂੰ ਜਿਹੜਾ ਆ ਕੁਝ ਇਤਿਹਾਸ ਦੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਹੋਏ ਘਟਨਾਵਾਂ ਜਾਂ ਇਤਿਹਾਸ ਨਾਲ ਜੁੜਿਆ ਜਿਹੜਾ ਅੱਜ ਦਾ ਦਿਨ ਉਹਦੇ ਬਾਰੇ ਵੀ ਜਾਣਕਾਰੀ ਕਰਾਵਾਂਗੇ ਅਤੇ ਜਿਹੜੇ ਪੰਜਾਬ ਦੇ ਵਿੱਚ ਸਿਆਸਤ ਹੋ ਰਹੀ ਹੈ ਅਤੇ ਸਿਆਸਤ ਦੀਆਂ ਸਰਗਰਮੀਆਂ, ਕੌਣ ਕਿੱਥੋਂ ਲੜ ਰਿਹਾ ਹੈ, ਕਿੱਥੇ ਕਿਸੇ ਨੂੰ ਟਿਕਟ ਨਹੀਂ ਮਿਲੀ ਜਾਂ ਕੌਣ ਕਿੱਥੋਂ ਟਿਕਟ ਨਾ ਮਿਲਣ 'ਤੇ ਜਿਹੜਾ ਆ ਉਹ ਪਰੇਸ਼ਾਨ ਹੈ ਜਾਂ ਕਿਸੇ ਤੋਂ ਗੁੱਸੇ ਆ ਜਾਂ ਨਾਰਾਜ਼ਗੀ ਆ, ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਸ ਬਾਰੇ, ਜਿਹੜੀਆਂ ਉਸ ਸਰਗਰਮੀਆਂ ਬਾਰੇ, ਗਤੀਵਿਧੀਆਂ ਬਾਰੇ ਵੀ ਅਸੀਂ ਤੁਹਾਨੂੰ ਦੱਸਾਂਗੇ ਅਤੇ ਪੰਜਾਬ ਦੇ ਵਿੱਚ ਫੈਲ ਰਹੇ ਕਰੋਨਾ ਬਾਰੇ ਵੀ ਦੱਸਾਂਗੇ ਅਤੇ ਹੋਰ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਨੇ ਉਹਦੇ ਬਾਰੇ ਸਾਰੀ ਸਮੁੱਚੀ ਜਾਣਕਾਰੀ ਅਸੀਂ ਤੁਹਾਨੂੰ ਦੇਵਾਂਗੇ। ਅਤੇ ਉਸ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਫੇਰ ਠੰਡੇ ਜਿਹੇ ਮੌਸਮ ਦੇ ਵਿੱਚ ਗਗਨਦੀਪ ਸਿੰਘ ਅਨੰਦਪੁਰੀ ਵੱਲੋਂ ਪਿਆਰ ਭਰੀ ਅਤੇ ਨਿੱਘੀ ਜੀ ਸਤਿ ਸ਼੍ਰੀ ਅਕਾਲ। ਅਤੇ ਆਓ ਅਸੀਂ ਦੇਖਦੇ ਹਾਂ ਅੱਜ ਦੇ ਸਭ ਤੋਂ ਪਹਿਲਾਂ ਜਿਹੜਾ ਸਾਡੀ ਸ਼ੁਰੂਆਤ ਹੈ ਉਹ ਹੈਲਥ ਟਿਪਸ 'ਤੇ ਹੈ ਅਤੇ ਅੱਜ ਦੇ ਹੈਲਥ ਟਿਪਸ ਦੇ ਵਿੱਚ ਸਾਨੂੰ ਕੀ ਜਿਹੜਾ ਆ ਵੇਖਣ ਨੂੰ ਮਿਲੇਗਾ ਜਾਂ ਅਸੀਂ ਕਿਸ ਤਰ੍ਹਾਂ ਜਿਹੜੀ ਆਪਣੀ ਸਿਹਤ ਦੀ ਸੰਭਾਲ ਕਰਨੀ ਹੈ, ਆਓ ਦੇਖਦੇ ਹਾਂ ਇੱਕ ਛੋਟਾ ਜਿਹਾ ਵੀਡੀਓ। ਹੁਣ ਸੁਣੋ ਸਿਹਤ ਸੰਬੰਧੀ ਜਾਣਕਾਰੀ। ਤੁਹਾਨੂੰ ਦੱਸਦੇ ਹਾਂ ਕਿ ਇਮਿਊਨਿਟੀ ਵਧਾਉਣ ਲਈ ਕਿੰਨੇ ਦਿਨ ਤੁਸੀਂ ਖਾ ਸਕਦੇ ਹੋ ਵਿਟਾਮਿਨ D3 ਦੇ ਮਲਟੀਪਲ ਵਿਟਾਮਿਨ। ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲੋਕ ਬਚਾਅ ਲਈ ਵੱਖ ਵੱਖ ਢੰਗ ਅਪਣਾ ਰਹੇ ਹਨ। ਇਸ ਦੌਰਾਨ ਜ਼ਿਆਦਾਤਰ ਲੋਕ ਵਿਟਾਮਿਨ D3, ਕੈਲਸ਼ੀਅਮ, ਜ਼ਿੰਕ ਤੇ ਮਲਟੀ ਵਿਟਾਮਿਨ ਲੈ ਰਹੇ ਹਨ, ਪਰ ਇਸ ਦੀ ਵਧੇਰੇ ਵਰਤੋਂ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਕਿਸ ਦਵਾਈ ਦਾ ਕਿੰਨਾ ਕੋਰਸ ਕਰਨਾ ਚਾਹੀਦਾ ਹੈ। ਅੱਜ ਦੇ ਸਮੇਂ ਵਿੱਚ ਜਦੋਂ ਕੋਰੋਨਾ ਦੀ ਲਾਗ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ, ਅਜਿਹੇ ਸਮੇਂ ਲੋਕਾਂ ਲਈ ਇਮਿਊਨਿਟੀ ਬੂਸਟਰਾਂ ਦੇ ਕੋਰਸ ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੋ ਗਿਆ ਹੈ। ਵਿਟਾਮਿਨ ਸੀ, ਡੀ ਤੇ ਮਲਟੀ ਵਿਟਾਮਿਨ ਦਾ ਕੋਰਸ ਸਿਰਫ 1 ਮਹੀਨੇ ਲਈ ਹੁੰਦਾ ਹੈ। ਇਸ ਦੇ ਨਾਲ ਹੀ ਜ਼ਿੰਕ ਦੀ ਵਧੇਰੇ ਵਰਤੋਂ ਨੁਕਸਾਨਦੇਹ ਵੀ ਸਾਬਤ ਹੋ ਸਕਦੀ ਹੈ। ਮਲਟੀ ਵਿਟਾਮਿਨ 1 ਮਹੀਨੇ ਤੋਂ ਵੱਧ ਨਹੀਂ ਖਾਣਾ ਚਾਹੀਦਾ। ਇਸ ਦੇ ਕਾਰਨ ਇਸ ਦਾ ਪ੍ਰਭਾਵ ਸਰੀਰ ਦੇ ਵੱਖ ਵੱਖ ਹਿੱਸਿਆਂ ਤੇ ਦੇਖਿਆ ਜਾ ਸਕਦਾ ਹੈ। ਕੋਰੋਨਾ ਤੋਂ ਬਚਣ ਲਈ ਉਹ ਲੋਕ ਜੋ ਦਵਾਈ ਦਾ ਸੇਵਨ ਨਹੀਂ ਕਰਨਾ ਚਾਹੁੰਦੇ, ਇਮਿਊਨਿਟੀ ਵਧਾਉਣ ਦੇ ਚੱਕਰ ਵਿੱਚ ਵਧੇਰੇ ਚਵਨਪ੍ਰਾਸ਼ ਖਾ ਰਹੇ ਹਨ। ਇਸ ਦੇ ਕਾਰਨ ਉਹਨਾਂ ਵਿੱਚ ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ। ਤੇ ਅਸੀਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਜ਼ੁਕਾਮ ਮਹਿਸੂਸ ਹੋਣ ਉੱਤੇ ਦਿਨ ਵਿੱਚ ਸਿਰਫ 1 ਵਾਰ ਕਾੜਾ ਲੈ ਸਕਦੇ ਹੋ। ਮਲਟੀ ਵਿਟਾਮਿਨ ਵੱਧ ਤੋਂ ਵੱਧ 1 ਮਹੀਨੇ, ਵਿਟਾਮਿਨ D3 60K ਦੀ 1 ਖੁਰਾਕ ਮਹੀਨੇ ਵਿੱਚ 4 ਵਾਰ, ਫਿਰ ਮਹੀਨੇ ਵਿੱਚ 1 ਵਾਰ ਜਾਂ ਡਾਕਟਰੀ ਸਲਾਹ ਤੇ। ਕੈਲਸ਼ੀਅਮ ਡਾਕਟਰ ਦੀ ਸਲਾਹ ਤੇ ਵੱਧ ਤੋਂ ਵੱਧ 1 ਮਹੀਨੇ, ਵਿਟਾਮਿਨ ਸੀ ਮਹੀਨੇ ਭਰ। ਤੁਸੀਂ ਸੁਣ ਰਹੇ ਸੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਅਸੀਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਹੈਲਥ ਟਿਪਸ ਬਾਰੇ ਵੀ ਦੱਸਦੇ ਹਾਂ, ਪਰ ਅਸੀਂ ਤੁਹਾਨੂੰ ਨਾਲ ਇਹ ਵੀ ਦੱਸ ਦਈਏ ਕਿ ਜੇ ਤੁਹਾਡੀ ਲਗਾਤਾਰ ਬਿਮਾਰੀ ਵੱਧ ਰਹੀ ਹੈ ਤਾਂ ਤੁਹਾਨੂੰ ਡਾਕਟਰ ਦੇ ਨਾਲ ਕੰਸਲਟ ਕਰਨਾ ਜ਼ਰੂਰੀ ਹੈ ਤਾਂ ਕਿ ਜਿਹੜੇ ਇਹ ਦੇਸੀ ਨੁਸਖੇ ਕੁਝ ਹੱਦ ਤੱਕ ਕੰਮ ਕਰਦੇ ਨੇ ਅਤੇ ਜੇ ਬਿਮਾਰੀ ਵੱਧ ਜਾਵੇ ਉਸ ਲਈ ਸਾਨੂੰ ਜਿਹੜਾ ਹੈ ਡਾਕਟਰ ਦੇ ਕੋਲ ਜਾਣਾ ਜ਼ਰੂਰੀ ਹੈ। ਇਹ ਨਹੀਂ ਹੈ ਕਿ ਅਸੀਂ ਆਪਣੇ ਆਪ 'ਤੇ ਜਿਹੜਾ ਵਿਸ਼ਵਾਸ ਰੱਖ ਕੇ ਛੋਟੇ ਛੋਟੇ ਦੇਸੀ ਨੁਸਖੇ ਜਿਹੜੇ ਨੇ ਅਸੀਂ ਉਹਨਾਂ ਨੂੰ ਅਪਣਾਉਂਦੇ ਰਹੀਏ ਤਾਂ ਕਿ ਜਿਹੜੀ ਸਾਡੀ ਬਿਮਾਰੀ ਵੱਧ ਜਾਵੇ। ਅਸੀਂ ਇਹ ਵੀ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਦੱਸਣਾ ਚਾਹੁੰਦੇ ਹਾਂ, ਇਹ ਉਦੋਂ ਕੰਮ ਕਰਦੇ ਨੇ ਜਦੋਂ ਸਾਡੇ ਕੋਲ ਡਾਕਟਰ ਦੇ ਕੋਲ ਜਾਣ ਦਾ ਸਮਾਂ ਨਾ ਹੋਵੇ ਜਾਂ ਸਾਡੀ ਪਹੁੰਚ ਨਾ ਹੋਵੇ। ਅਸੀਂ ਇਹਨਾਂ ਨੁਕਸਿਆਂ ਨੂੰ ਉਦੋਂ ਜਿਹੜਾ ਅਪਣਾ ਕੇ ਆਪਣੇ ਜੀਵਨ ਦੇ ਵਿੱਚ ਜਿਹੜਾ ਆ ਛੋਟੀ ਮੋਟੀ ਦਰਦ ਨੂੰ ਜਾਂ ਛੋਟੀ ਮੋਟੀ ਬਿਮਾਰੀ ਨੂੰ ਅਸੀਂ ਭਜਾ ਸਕਦੇ ਹਾਂ। ਅਤੇ ਆਓ ਅਸੀਂ ਗੱਲ ਕਰਦੇ ਹਾਂ ਅੱਜ ਦੇ ਦਿਨ, ਯਾਨੀ ਕਿ 18 ਜਨਵਰੀ ਦਾ ਜਿਹੜਾ ਸਾਡਾ ਇਤਿਹਾਸ ਹੈ, ਅੱਜ ਦਾ ਦਿਨ ਦਾ ਜਿਹੜਾ ਇਤਿਹਾਸ 18 ਜਨਵਰੀ ਦਾ, 1661 ਜਨਮਦਿਨ ਜਿਹੜਾ ਆ ਭਾਈ ਹਿੰਮਤ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜਿਹੜੇ ਸਾਜੇ ਗਏ ਖਾਲਸਾ ਪੰਥ ਕੀਤੇ ਪਹਿਲੇ 5 ਪਿਆਰਿਆਂ ਵਿੱਚੋਂ ਇੱਕ ਸਨ ਅਤੇ ਜਿਹੜੇ ਨੇ ਭਾਈ ਹਿੰਮਤ ਸਿੰਘ ਜੀ ਦਾ ਜਿਹੜਾ ਅੱਜ ਦੇ ਜਨਮਦਿਨ ਹੈ ਉਹਨਾਂ ਦਾ, ਅਤੇ ਜਿਹੜਾ ਆ 5 ਪਿਆਰਿਆਂ ਦੇ ਵਿੱਚੋਂ ਉਹਨਾਂ ਦਾ ਇੱਕ ਵਿਸ਼ੇਸ਼ ਥਾਂ ਆ ਜੋ ਕਿ 1666 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀਗੀ ਅਤੇ ਉਹਨਾਂ ਦੇ ਵਿੱਚੋਂ ਹੀ ਜਿਹੜਾ ਆ ਭਾਈ ਹਿੰਮਤ ਸਿੰਘ ਜੀ ਉਹਨਾਂ ਨੇ ਆਪਣੇ ਮਨ
तन धन जिहड़ा गुरु गोबिंद सिंह जी ने सौंप दिता सीगा ते उही जिहड़े पंजा प्यारियां दे विचों जिहड़े भाई हिम्मत सिंह जी सिंह जिन्हां ने अपनी हिम्मत नूं जुटाया अते गुरु गोबिंद सिंह जी दे कोल जा के अपना सब कुछ निशावर कर दिता ते अज ही उहनां दा जिहड़ा जन्म दिन है ते 1661 दे विच 18 जनवरी वाले दिन ही ये अज दे जिहड़े अज दिन दे नाल संबंधित है। ते उस तों बाद असीं गल करिए 1757 नूं जहान खान ने अमृतसर सरोवर नू रेत नाल भर दिता सी ते अबदाली ने कपूर शाह नू श्री हरिमंदर साहब नू ढा ढेरी करन ते सरोवर नू गंदगी नाल भरन लई भी कहा सीगा। देखो किड्डी वड्डी इह मानसिकता आ किद्दां दी मानसिकता आ जिथे कि सिखा द्वारा जिहड़ा आ उस थान नू पावन पवित्र स्थान मन्या जांदा सी ते गुरु रामदास जी नगरी सी जिथे लोग नतमस्तक होंदे सी अपने जिहड़े ने गुरु दे दर्शन करके जिहड़े अपने भागां नू चंगा समझदे सन जां अपने जन्म मरण दे जिहड़े आ उह चक्कर नू कट्टण लई आउंदे सन उत्थे जिहड़ा आ इदां दा जिहड़ा आ घटिया मानसिकता नू जिहड़ा आ इह बढ़ावा दे के किड्डा जिहड़ा आ उह वड्डा पापां दा भागी वो बन रहा सी। ते जथेदार भाग सिंह दमदमा साहिब पुजे ते बाबा दीप सिंह नू इस घटना तो भी जाणू करवाया। अमृतसर जी दे दर्शन इशनान उत्ते 500 साला दी इतिहासिक डायरेक्टरी सतनाम सिंह खालसा एडवोकेट होरां ने ये जिहड़ी आ ये जानकारी साडे नाल सांझी कीती आ। असीं उहनां दे हवाले ते ही जिहड़ी आ तुहाडे नाल जानकारी जिहड़ी असीं उह सांझी कर रहे हां। ते असीं गल करिए 1774 दी जिथे जथेदार बाबा बघेल सिंह जी ने सहादरा दिल्ली विखे इलाके ते कब्जा कर लिया सी। हालांकि उन्होंने कई जड़ियां ने रियासतों के उत्ते कब्जा किया सी क्योंकि उदों सिंघा दा बोलबाला सी उदों नाम बाणी पढ़न वाले सिंघ सीगे ते बहुत ही चढ़दी कला वाले सीगे। ते उसे तरह जिहड़ा आ अज 18 जनवरी का दिन बाबा बघेल सिंह जी दे नां दे नाल भी जोड़िया जांदा आ। ते उन्होंने जिहड़ा आ सहादरा किले दे उत्ते जिहड़ा आ उह अपना कब्जा कर लिया सी। उस दे नाल ही जिहड़ा मुगलां दे जिहड़ा लाल किला सीगा उस दे उत्ते भी जिहड़ा आ केसरी निशान साहब जिहड़ा उह चढ़ा दित्ता सी ताकि उन्हां नूं इह भुलेखा ना रहे कि जिहड़े आ उह सिंघ हले भी जिहड़े ने उह चढ़दी कला दे विच ने। ते चाहे गुरु गोबिंद सिंह जी की गल करिए चाहे असी ओह सिंघां दी गल करिए जिहड़े गुरु गोबिंद सिंह जी दे नाल सी गुरु गोबिंद सिंह जी का ओट आसरा तक के चलते सन पर साढ़े योध्या सूरमिया की गल करिए उन्होंने भी उस परमात्मा का उस वाहगुरु का उस अकाल पुरख की ओट लैके ही अपने जिहड़े आ नक्शे कदमां दे उत्ते चलते रहे ते उस तरह उसनू फतेह किया। जदों किसी दे विच भी मैं मेरी आई आ तां उसदा जिहड़ा वो नास ही होया। इस करके जिहड़ा खालसा है वह हमेशा चढ़दी कला का जिहड़ा प्रतीक भी है ते चढ़दी कला च इस करके रहिंदा है क्योंकि वह अपने आप नू जिहड़ा अकाल पुरख दे अंग संग समझदा है ते अकाल पुरख भी जिहड़ा आ उह सिंघ नू अपने अंग संग ही रखदा आ। ते गल करिए असीं 1841 दी महाराणी चंद कौर ने लाहौर का किला शेर सिंह नू सौंप दिता सी जो राजा बन के उभरिया सी ते 14 साल की उम्र विच भी उसने जिहड़ी आ ताजोपोशी कर ली सी। ते असी गल करिए 18 जनवरी 1872 ते 15 जनवरी के कातलों के संबंध में गिरफ़्तार किए गए 68 कूकियां विचों 16 कूकियां अंबाला डिवीजन के कमिश्नर ते TD4C हुक्मां दे नाल उड़ा दिता सीगा। ते इस तो पहला जिहड़ा 17 जनवरी 42 जिहड़े कूकियां नू उहनां नू उड़ा दिता सी। ते असी गल करिए हुण 1872 दी बाबा राम सिंह जो कि नामधारी सन ते उह नामधारी आगू भी सन उहनां नू कूका अंदोलन की अगवाई करन लई भारत तों रंगून बर्मा भेज दिता गया सी। ते 2000 सन की गल करिए राज विधानसभा के सामने एक सिख नौजवान वालों खुदकुशी करन तो एक हफ्ता बाद एक व्यक्ति ने अज यानी कि 18 जनवरी के दिन कथित पुलिस हत्याचारों के विरुद्ध खुदकुशी करन की भी कोशिश की सी। ते अजी 18 जनवरी की गल करिए साढ़े भारत के काफ़ी इतिहासिक दिन आते हैं ते तुहानू याद होएगा कि जदों इंदिरा गांधी का दौर सी ता उस वाला दौर तो किसी भी सिख नू या किसी भी भारत निवासी नू नहीं भुल सकता। ते आओ असी एक थोड़ी जी इतिहास दे झरोके तो असी थोड़ा जा देखिए कि जिहड़ी 18 जनवरी सीगी इस दे दिन जिहड़ी आ भारत दे विच वो एमरजेंसी लगी सी वो किस तरह लगी सी आओ तुहानू इतिहास दे विच वो भी असी दस दईए। भारत में जिहड़ी पहली अंदरूनी एमरजेंसी इंदिरा गांधी के प्रधानमंत्री होंदिया 1975 लगाई गई सी
ਅਤੇ 25-26 ਜੂਨ 1975 ਤੋਂ 18 ਜਨਵਰੀ 1977 ਤੱਕ ਐਮਰਜੈਂਸੀ ਜਿਹੜੀ ਆ ਉਹ ਲਾਗੂ ਰਹੀ ਅਤੇ ਤਤਕਾਲੀ ਰਾਸ਼ਟਰਪਤੀ ਜਿਹੜਾ ਫਰਕੂਦੀਨ ਅਲੀ ਅਹਿਮਦ ਦੇ ਧਾਰਾ ਨੇ 352 ਤਹਿਤ ਦੇਸ਼ ਵਿਰੁੱਧ ਰਹੀਆਂ ਅੰਦਰੂਨੀ ਗੜਬੜੀਆਂ ਦਾ ਹਵਾਲਾ ਦਿੰਦਿਆਂ ਐਮਰਜੈਂਸੀ ਦੇ ਹੁਕਮ ਵੀ ਜਾਰੀ ਕੀਤੇ ਸੀ ਅਤੇ ਇੰਦਰਾ ਗਾਂਧੀ ਦਾ ਵਿਰੋਧ ਸ਼ੁਰੂ ਹੋ ਗਿਆ। ਕਾਂਗਰਸ ਦੀ ਸਿਆਸੀ ਜ਼ਮੀਨ ਹਿੱਲਣ ਵੀ ਲੱਗ ਗਈ ਅਤੇ ਕਾਂਗਰਸ ਵਿੱਚ ਫੁੱਟ ਪੈ ਚੁੱਕੀ ਸੀ। ਦੇਸ਼ ਵਿੱਚ ਵੱਖ ਵੱਖ ਹਿੱਸਿਆਂ ਤੋਂ ਉੱਠ ਰਹੀਆਂ ਲਹਿਰਾਂ ਅਤੇ ਵਿਰੋਧ ਪ੍ਰਦਰਸ਼ਨਾਂ ਕਾਰਨ ਦੇਸ਼ ਵਿੱਚ ਸਿਆਸੀ ਉਥਲ ਪੁਥਲ ਦਾ ਹਵਾਲਾ ਦਿੰਦਿਆਂ ਇੰਟਰਨਲ ਐਮਰਜੈਂਸੀ ਲਗਾਈ ਸੀ, ਯਾਨੀ ਕਿ 18 ਜਨਵਰੀ ਵਾਲੇ ਦਿਨ ਜੋ ਸਾਡਾ ਅੱਜ ਦਾ ਦਿਨ ਹੈ 18 ਜਨਵਰੀ ਦਾ, ਉਸੇ ਦਿਨ ਦੇ ਨਾਲ ਸੰਬੰਧਿਤ ਜਿਹੜਾ ਆ ਉਹ ਅਸੀਂ ਇਤਿਹਾਸ ਤੁਹਾਨੂੰ ਦੱਸ ਰਹੇ ਹਾਂ। ਅਤੇ ਇਲਾਹਾਬਾਦ ਦੇ ਹਾਈ ਕੋਰਟ ਨੇ ਇੰਦਰਾ ਗਾਂਧੀ ਨੂੰ ਚੋਣ ਕਾਨੂੰਨਾਂ ਦੀ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਸੀ ਅਤੇ ਸੋਸ਼ਲਿਸਟ ਲੀਡਰ ਜਿਹੜੇ ਜੈ ਪ੍ਰਕਾਸ਼ ਨਾਰਾਇਣ ਜੀ ਸੀ ਉਹਨਾਂ ਨੇ ਇੰਦਰਾ ਗਾਂਧੀ ਦੇ ਅਸਤੀਫੇ ਦੀ ਮੰਗ ਵੀ ਕੀਤੀ ਸੀ ਉਸ ਸਮੇਂ ਅਤੇ ਸਮਾਜਿਕ ਬਦਲਾਅ ਲਈ ਸੰਪੂਰਨ ਕ੍ਰਾਂਤੀਕਾਰੀ ਲਹਿਰ ਦੀ ਅਗਵਾਈ ਕੀਤੀ ਅਤੇ ਜੂਨ 1975 ਵਿੱਚ ਲੁਧਿਆਣਾ ਵਿੱਚ ਇੱਕ ਵੱਡਾ ਇਕੱਠ ਕੀਤਾ ਜਿਸ ਤੋਂ ਕੁਝ ਦਿਨਾਂ ਬਾਅਦ ਜਿਹੜੀ ਇਹ ਐਮਰਜੈਂਸੀ ਦਾ ਐਲਾਨ ਹੁੰਦਾ। ਸਿਆਸੀ ਜਿਹੜੇ ਮਾਹਰ ਡਾਕਟਰ ਹਰੀਸ਼ ਵਰਮਾ ਜੀ ਉਹਨਾਂ ਦੇ ਮੁਤਾਬਕ ਉਸ ਵੇਲੇ ਐਮਰਜੈਂਸੀ ਲਾਉਣਾ ਦੇਸ਼ ਦੀ ਜ਼ਰੂਰਤ ਨਹੀਂ ਸੀ ਬਲਕਿ ਇੱਕ ਵਿਸ਼ੇਸ਼ ਜ਼ਰੂਰਤ ਸੀ, ਕਿਉਂਕਿ ਉਸ ਵੇਲੇ ਇੰਦਰਾ ਗਾਂਧੀ ਜੀ ਆਪਣੇ ਖਿਲਾਫ਼ ਲੱਗੀ ਇਲੈਕਸ਼ਨ ਪਟੀਸ਼ਨ ਅਦਾਲਤ ਵਿੱਚ ਹਾਰ ਚੁੱਕੇ ਸੀ ਅਤੇ ਸੱਤਾ ਦੀ ਖਾਤਰ ਐਮਰਜੈਂਸੀ ਦਾ ਫੈਸਲਾ ਲਿਆ ਗਿਆ ਸੀ। ਅਤੇ ਸੋਸ਼ਲਿਸਟ ਰਾਜਨੇਤਾ ਨਾਰਾਇਣ ਇੰਦਰਾ ਨੇ ਗਾਂਧੀ ਖਿਲਾਫ਼ ਪਟੀਸ਼ਨ ਪਾਈ ਸੀ ਕਿ 1971 ਦੀਆਂ ਲੋਕ ਸਭਾ ਚੋਣਾਂ ਵਿੱਚ ਇੰਦਰਾ ਗਾਂਧੀ ਨੇ ਸਰਕਾਰੀ ਮਸ਼ੀਨਰੀ ਉਦਯੋਗ ਦਾ ਜਿਹੜਾ ਆ ਦੁਰਉਪਯੋਗ ਕੀਤਾ ਸੀਗਾ ਅਤੇ ਰਾਏ ਬਰੇਲੀ ਤੋਂ ਚੋਣ ਜਿੱਤੀ ਸੀ ਅਤੇ ਰਾਜ ਨਾਰਾਇਣ ਰਾਏ ਬਰੇਲੀ ਤੋਂ ਇੰਦਰਾ ਗਾਂਧੀ ਦੇ ਖਿਲਾਫ਼ ਉਮੀਦਵਾਰ ਵੀ ਸਨ। ਅਤੇ 1975 ਦੀ ਗੱਲ ਕਰੀਏ ਤਾਂ 1975 ਦੇ ਵਿੱਚ ਇਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਖਿਲਾਫ਼ ਫੈਸਲਾ ਸੁਣਾਇਆ ਅਤੇ ਸੁਪਰੀਮ ਕੋਰਟ ਨੇ ਇਹ ਫੈਸਲਾ ਬਰਕਰਾਰ ਰਿਹਾ। ਨਤੀਜੇ ਵਜੋਂ ਇੰਦਰਾ ਗਾਂਧੀ ਦੀ ਜਿੱਤ ਨੂੰ ਗੈਰ ਸੰਵਿਧਾਨਿਕ ਕਰਾਰ ਦੇ ਕੇ ਲੋਕ ਸਭਾ ਮੈਂਬਰਸ਼ਿਪ ਰੱਦ ਹੋ ਗਈ ਅਤੇ ਲੋਕ ਸਭਾ ਵਿੱਚ ਮੈਂਬਰਸ਼ਿਪ ਰੱਦ ਹੋਣ ਕਾਰਨ ਇੰਦਰਾ ਗਾਂਧੀ ਜਿਹੜੀ ਆ ਪ੍ਰਧਾਨ ਮੰਤਰੀ ਵੀ ਨਹੀਂ ਰਹਿ ਸਕਦੇ ਸੀ। ਉਸ ਵੇਲੇ ਸੱਤਾ ਵਿੱਚ ਰਹਿਣ ਵੇਲੇ ਜਿਹੜੀ ਆ ਇਹ ਐਮਰਜੈਂਸੀ ਲਗਾਈ ਸੀ। ਪ੍ਰੋਫੈਸਰ ਸ਼ੇਖੋ ਦੱਸਦੇ ਹਨ ਕਿ ਐਮਰਜੈਂਸੀ ਦੌਰਾਨ ਸਾਰੀਆਂ ਤਾਕਤਾਂ ਕੇਂਦਰ ਕੋਲ ਚਲੀਆਂ ਜਾਂਦੀਆਂ ਨੇ ਅਤੇ ਬਾਕੀ ਸੰਸਥਾਵਾਂ ਦੀਆਂ ਸ਼ਕਤੀਆਂ ਵੀ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਕਿਸੇ ਦੇ ਘਰ ਦੀ ਤਲਾਸ਼ੀ ਲੈਣੀ ਹੋਵੇ ਜਾਂ ਫਿਰ ਬਿਨਾਂ ਵਕੀਲ ਬਿਨਾਂ ਦਲੀਲ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਗ੍ਰਿਫਤਾਰ ਕੀਤਾ ਜਾ ਸਕਦਾ ਸੀਗਾ ਅਤੇ ਉਸ ਨੂੰ ਉਸ ਵੇਲੇ ਜਿਹੜਾ ਆ ਪ੍ਰਦਰਸ਼ਿਤ ਕਰਨ ਵਾਸਤੇ ਜਾਂ ਉਸਦੀ ਗੱਲਬਾਤ ਕਰਨ ਵਾਸਤੇ ਐਮਰਜੈਂਸੀ ਕਿਸ ਤਰ੍ਹਾਂ ਲਗਾਈ ਜਾਂ ਕਿਸ ਤਰ੍ਹਾਂ ਲੱਗੀ, ਹੁਣ ਤਾਂ ਸੋਸ਼ਲ ਮੀਡੀਆ ਦਾ ਜਿਹੜਾ ਆ ਉਹ ਇੰਨਾ ਆ ਕਿ ਉਹ ਹਰ ਇੱਕ ਗੱਲ ਫਟਾਫਟ ਪਹੁੰਚ ਜਾਂਦੀ ਆ। ਉਦੋਂ ਜਿਹੜੇ ਦੂਰ ਸੰਚਾਰ ਦੇ ਜਿਹੜੇ ਸਾਧਨ ਸੀਗੇ ਉਹ ਵੀ ਇੰਨੇ ਹੈ ਨਹੀਂ ਸੀਗੇ, ਉਦੋਂ ਸਿਰਫ ਆਲ ਇੰਡੀਆ ਰੇਡੀਓ ਹੀ ਸੀਗੀ ਜਿਹੜਾ ਉਹ ਜਿਹੜੀ ਆ ਉਹ ਵੀ ਸਰਕਾਰ ਦੇ ਅਧੀਨ ਸੀਗੀ ਅਤੇ ਪ੍ਰਿੰਟ ਮੀਡੀਆ ਦੀ ਮੈਂਬਰਸ਼ਿਪ ਲਗਾ ਦਿੱਤੀ ਸੀ ਅਤੇ ਲੋਕਾਂ ਦੀ ਗੱਲ ਪਹੁੰਚਾਉਣ ਲਈ ਜਾਂ ਇੰਡੀਅਨ ਐਕਸਪ੍ਰੈਸ ਜਿਹੇ ਕੁਝ ਜਿਹੜੇ ਅਖਬਾਰ ਸੀਗੇ ਜਿਹੜੇ ਇਸ ਫੈਸਲੇ ਖਿਲਾਫ਼ ਡਟ ਰਹੇ, ਜਾਂ ਫਿਰ ਜਿਹੜਾ BBC ਰੇਡੀਓ ਆ ਉਹਦੇ ਜ਼ਰੀਏ ਵੀ ਜਿਹੜੀ ਆ ਉਹ ਖਬਰ ਉੱਥੇ ਤੱਕ ਪਹੁੰਚਦੀ ਰਹਿੰਦੀ ਸੀ। ਅਤੇ ਇਸ ਤਰ੍ਹਾਂ ਦਾ ਜਿਹੜਾ ਸਾਡਾ ਇਤਿਹਾਸ ਹੈ 18 ਜਨਵਰੀ ਦਾ ਅੱਜ ਦੇ ਦਿਨ ਦਾ ਉਹ ਅੱਜ ਦੇ ਦਿਨ ਨਾਲ ਸੰਬੰਧਿਤ ਹੈ। ਕਿਸ ਤਰ੍ਹਾਂ ਜਿਹੜੀਆਂ ਨੇ ਪਿਛਲੇ ਸਮੇਂ ਦੇ ਵਿੱਚ ਉਥਲ ਪੁਥ ਹੋਈਆਂ ਨੇ, ਕਿਸ ਤਰ੍ਹਾਂ ਦੇ ਸਾਡੇ ਜਿਹੜੇ ਯੋਧੇ ਨੇ ਉਹ ਲੜ ਕੇ ਆਪਣੀਆਂ ਸ਼ਹਾਦਤਾਂ ਦੇਖ ਕੇ ਇਸ ਭਾਰਤ ਨੂੰ ਅਤੇ ਇਸ ਭਾਰਤ ਦੀ ਜ਼ਮੀਨ ਨੂੰ ਇਸ ਭਾਰਤ ਦੇ ਧਰਮਾਂ ਨੂੰ ਕਹਿ ਸਕਦੇ ਹਾਂ ਅਸੀਂ। ਮੈਂ ਸਰਬ ਪੱਖੀ ਗੱਲ ਕਰਾਂਗਾ ਕਿਉਂਕਿ ਮੈਂ ਇੱਕ ਪੱਖੀ ਹੋ ਕੇ ਨਹੀਂ ਰਹਿਣਾ ਚਾਹੁੰਦਾ ਅਤੇ ਕਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਸ਼ਹੀਦਾਂ ਨੇ ਜਿਹੜਾ ਖੂਨ ਡੋਲ ਕੇ ਇਸ ਭਾਰਤ ਦੀ ਧਰਤੀ ਨੂੰ ਜਿਹੜਾ ਆ ਉਹ ਸਿੰਚਾਈ ਕੀਤੀ ਹੈ ਇਸ ਦੀ, ਤਾਂ ਕਿ ਜਿਹੜਾ ਆ ਇਸ ਦੀ ਆਨ ਬਾਨ ਸ਼ਾਨ ਨੂੰ ਜਿਹੜਾ ਉਸੇ ਤਰ੍ਹਾਂ ਕਾਇਮ ਰੱਖਿਆ ਜਾਵੇ। ਇਹ ਤਾਂ ਸੀਗੇ ਅੱਜ ਦੇ ਦਿਨ ਦੇ ਨਾਲ ਜੁੜੇ ਸੰਬੰਧਿਤ ਜਿਹੜੇ ਇਤਿਹਾਸ, ਅਤੇ ਆਓ ਹੁਣ ਅਸੀਂ ਝਾਤ ਮਾਰਦੇ ਹਾਂ ਅੱਜ ਦੀਆਂ ਅਖਬਾਰਾਂ ਦੀਆਂ ਸੁਰਖੀਆਂ 'ਤੇ। ਅਖਬਾਰ ਹਾਜ਼ਰ ਹੈ ਤੇ ਹੁਣ ਅਖਬਾਰਾਂ ਦੇ ਨਾਲ, ਕਿਉਂਕਿ ਜਿਹੜੀ ਮੇਰੀ ਸਾਂਝ ਹੈ ਉਹ ਅਖਬਾਰਾਂ ਦੇ ਨਾਲ ਵੀ ਆ,
क्योंकि जो अखबारां बोलदियां ने तो अखबारां दे नाल असीं गलबात करदे हां, तो मैं ये भी कहांगा कि आओ असीं गलबात करदे हां हुण अखबारां दे नाल, ते देखदे हां देश दे विच साडे पंजाब दे विच की हो रहा ते साडे देश दे विच की हो रहा। सब तो वड्डी जिहड़ी आ मेरे कोल अजीत अखबार है, अजीत अखबार की जिहड़ी आ उह सुरखी कह रही है कि पंजाब दे विच जिहड़ी आ 20 फरवरी नूं वोटां पैणगियां, जिहड़ियां 14 फरवरी नूं वोटां पैणियां सन उह हुण 20 फरवरी नूं वोटां पैणगियां, क्योंकि इसका वड्डा कारण यह मन्निया जांदा है कि भगत रविदास जी दे नाल श्रद्धा रखते हुए जिहड़े श्रद्धालु ने वो हर वार जिहड़ा आ वो काशी नतमस्तक होने लई जांदे ने, ते उन्हां दा यह मनना है कि जिहड़ी आ सब तो ज़्यादा 35% तक जिहड़ी वोट है वह जिहड़े भगत रविदास जी दे विच श्रद्धा रखण वाले श्रद्धालुआं दी आ, ते इस करके वो काशी नतमस्तक हो जाएंगे ते फिर इत्थे जिहड़ा वोटां दे विच जिहड़ा आ वो शमूलियत नहीं कर सकणगे, क्योंकि हरेक नूं हक हुंदा आ अपनी वोट चुनण दा, अपना नेता चुनण दा ते वोट पाउण दा, ते स्वतंत्र भारत दे विच एक ए भी सानूं स्वतंत्रता है, असीं अपनी मर्जी दे अनुसार किसी नूं भी असीं जिहड़ी आ वोट पा सकदे हां। ते इस तरह जिहड़ा आ सियासी पार्टियां वालों भी ते जिहड़े भगत रविदास जी दे प्यार दे विच श्रद्धा भावना रखदे सीगे उन्हां दे मनां दे विच भी एक रोस सीगा कि जिहड़ा आ भगत रविदास जी दा जन्म दिहाड़ा मनाया जाएगा, तो असी काशी भी जिहड़ा उत्थे जा के नतमस्तक होना आ, तो इस करके असी दोनों पासे जिहड़ी आ शमूलियत नहीं कर सकते, तो वोटां दी जिहड़ी डेट नूं जिहड़ा आ उह रद्द करके जिहड़ा आ उस नूं जिहड़ा अग्गे वधाया जाए। तो चोण कमीशन वास्ते एक बहुत वड्डी औखी घड़ी सीगी जिहड़ी उसने वधिया सौखे तरीके दे नाल जिहड़ी आ इस नूं हैंडल किया आ, तो मीटिंग रख के जिहड़ी आ इस दी डेट चेंज की आ। तो तुहानूं दस दईए जलंधर दे विच सब तो वड्डा जिहड़ा आ इकट्ठ मन्निया जांदा है, तो पी ए पी चौंक दे विच इस वोटां विरुद्ध जिहड़ी आ 14 तरीक दे जिहड़ी वोटां पैणियां सी उस दे विरुद्ध भी जिहड़े नारेबाजी की गई, धरना दिता गया कि इस वोटां नूं रद्द किया जाए, तो उसका जिहड़ा मैसेज सीगा उह चोण कमीशन तक गया, तो जिहड़ा आ वोटां उन्हां नूं रद्द करनियां पईआं। तो असी अगली जिहड़ी आ सुरखी वल चलीए कि अगले 25 सालां तक भारत दा विकास साफ टिकाऊ ते भरोसेमंद होवेगा। ये साडे देश दे प्रधानमंत्री नरेंद्र मोदी जी का यह कहना है कि विश्व आर्थिक मंच ते दावोस एजेंडा शिखर सम्मेलन विच इन्हां जिहड़ा आ प्रधानमंत्री जी ने जिहड़ा आ यह संबोधन किया आ, ते भाजपा जिहड़ी आ 60 तों 65 सीटां तक जिहड़ी आ उह चोण लड़ेगी। ते उस तों बाद असीं जे गल करिए ते आबू धाबी दे विच जिहड़े तेल टैंकरां ते ड्रोन नाल हमला किया ते दो भारतीयां समेत जिहड़ी आ उह 3 दी मौत हो गई है, ते जिहड़े उगे कथक उस्ताद बिरजू महाराज जी दा देहांत हो गया। ते असीं तुहानूं दस दईए कि जिवें 2021 दे विच वी कई महान जिहड़ियां शख्सियतां सन उह साडे इस देश नूं सानूं अलविदा करके चल गए सन, जिन्हां दे विच्चों पंडित जसराज जी ला लीए ते सरदूल सिकंदर जी ला लीए ते निर्मल सिंह जी खालसा ला लीए, जिन्हां नूं लोक सुनते सन, अते असीं ऐ वी कह सकदे आ कि जिहड़े संगीत दे जिन्हां दे जाण नाल संगीत दा एक वड्डा ग्रंथ जिहड़ा आ उह बंद हो गया, क्योंकि गवैये अजकल दे बहुत ने पर उन्हां तों असीं कोई सीध नहीं लै सकदे, पर जिहड़ियां जिहड़ियां महान शख्सियतां हुंदियां ने इन्हां दा जिहड़ा जन्म बहुत ही दुर्लभ जिहड़ा समें दे विच हुंदा आ, ते अजिहे जिहड़े महान जिहड़े विद्वान हुंदे ने ते इन्हां दी जिहड़ी संगत करके जिहड़े ने लोकां लखां लोक जिहड़े ने उह तर जांदे ने, ते उन्हां दे विच्चों एक जिहड़े बिरजू महाराज जी सन उह कथक दा डांस करदे सन, उन्हां नूं पद्म विभूषण दे नाल भी जिहड़ा सन्मानित किया गया सीगा। ते अगली सुरखी वल असीं चलीए कि संयुक्त समाज मोर्चा ते संयुक्त संघर्ष पार्टी जिहड़ी चुनौनी वल्लों मिल के चोणां जिहड़ियां उह लड़नगे, ते उन्हां ने यह भी कहा कि जिहड़ी पहलां उन्हां ने जिहड़ी सूची तैयार कीती सीगी ते उह सूची भी जिहड़ी उह वापस लैणगे, उह सूची दे उम्मीदवारां दे जिहड़े नाम ने उह वापस लैणगे, ते कांग्रेस दा चोण दा मनोरथ पत्र तय करेगा मुख्यमंत्री दा नाम, ये जिहड़े आ नवजोत सिंह सिद्धू दा बयान है। ते राघव चड्ढा जी दा जिहड़ा एक बहुत वड्डा बयान है, उन्हां ने कहा कि चरणजीत सिंह चन्नी जिहड़ी आ कांग्रेस ने जिहड़ा उन्हां नूं सीएम बना के एक बहुत वड्डा जिहड़ा आ उह एक खेल रचिया आ कि उन्हां ने दलितां दी वोट हड़प्पण दी कोशिश कीती है। ते उस तों बाद असीं गल करिए कि चुड़ूनी दी पार्टी लई 10 सीटां छड्डियां उम्मीदवारां दा जिहड़ा आ उह ऐलान भी कीता आ। ते असीं वधदे हां साडियां अगलियां सुरखियां दे वल
ਅਗਲੀਆਂ ਸੁਰਖੀਆਂ ਦੇ ਵਿੱਚ ਜਿਹੜਾ ਆ ਜਿਹੜੀ ਕਰੋਨਾ ਦੀ ਰਫ਼ਤਾਰ ਹੈ ਉਹ ਨਹੀਂ ਘੱਟ ਰਹੀ ਹੈ। ਪੋਜ਼ਿਟਿਵਿਟੀ ਦਰ ਜਿਹੜੀ ਆ 19.65% ਹੋ ਗਈ ਆ। ਲਗਾਤਾਰ ਜਿਹੜਾ ਦੇਸ਼ ਦੇ ਵਿੱਚ ਕਰੋਨਾ ਵੀ ਵੱਧ ਰਿਹਾ ਹੈ ਅਤੇ ਜਿਹੜਾ ਉਸਦਾ ਤੀਜੀ ਲਹਿਰ ਦਾ ਓਮੀਕਰੋਨ ਵੇਰੀਐਂਟ ਉਹ ਵੀ ਬੜੀ ਤੇਜ਼ੀ ਦੇ ਨਾਲ ਜਿਹੜਾ ਵੱਧ ਰਿਹਾ। ਅਤੇ ਮਜੀਠੀਆ ਤੀਜੀ ਵਾਰ ਸਿੱਟ ਅੱਗੇ ਪੇਸ਼ ਅਤੇ ਪੁੱਛੇ 7 ਸਵਾਲ। ਅਤੇ ਜਿਹੜੇ ਮਜੀਠੀਆ ਦੇ ਉੱਤੇ ਨਸ਼ੀਲੇ ਪਦਾਰਥਾਂ ਦੇ ਸੰਬੰਧਿਤ ਜਿਹੜਾ ਉਹਨਾਂ 'ਤੇ ਕੇਸ ਦਰਜ ਕੀਤਾ ਗਿਆ ਸੀਗਾ ਅਤੇ ਉਸ ਦੇ ਸੰਬੰਧ ਵਿੱਚ ਜਿਹੜੇ ਮਜੀਠੀਆ ਜੀ ਆ ਉਹ ਹੁਣ ਫਿਰ ਜਿਹੜਾ ਆ ਉਹ ਸਿੱਟ ਦੇ ਅੱਗੇ ਪੇਸ਼ ਹੋਏ ਨੇ ਅਤੇ ਉਹਨਾਂ ਤੋਂ ਜਿਹੜੇ ਸਵਾਲਾਤ ਲਗਾਤਾਰ ਪੁੱਛੇ ਜਾ ਰਹੇ ਨੇ। ਅਤੇ ਤੁਹਾਨੂੰ ਦੱਸ ਦਈਏ ਕਿ ਜਦੋਂ ਅਗਾਊਂ ਜ਼ਮਾਨਤ ਮਿਲੀ ਸੀ ਉਸ ਤੋਂ ਬਾਅਦ ਮਜੀਠੀਆ ਜੀ ਨੇ ਰੋਡ ਸ਼ੋਅ ਕੀਤਾ ਸੀਗਾ। ਰੋਡ ਸ਼ੋਅ ਦੇ ਵਿੱਚ ਵੀ ਜਿਹੜਾ ਆ ਉਹ ਕਰੋਨਾ ਦੀਆਂ ਜਿਹੜੀਆਂ ਪਾਬੰਦੀ ਕਰੋਨਾ ਦੇ ਉਲੰਘਣਾ ਕੀਤੀ ਗਈ ਸੀਗੀ ਅਤੇ ਜੋ ਹਦਾਇਤਾਂ ਕੀਤੀਆਂ ਗਈਆਂ ਸਨ ਉਹਨਾਂ ਦੇ ਵਿੱਚ ਵੀ ਜਿਹੜੀ ਆ FIR ਦਰਜ ਜਿਹੜੀਆਂ ਮਜੀਠੀਆ ਜੀ ਦੇ ਉੱਤੇ ਕੀਤੀ ਗਈ ਸੀਗੀ। ਅਤੇ ਆਪ ਦੇ ਉਮੀਦਵਾਰ ਜਿਹੜੇ ਮਨਦੀਪ ਸਿੰਘ ਆਸ਼ੂ ਕਾਂਗਰਸ ਵਿੱਚ ਜਿਹੜੇ ਸ਼ਾਮਲ ਹੋਏ ਨੇ। ਅਤੇ ਚੰਗੀਆਂ ਸਹੂਲਤਾਂ ਲਈ ਲੋਕ ਬਦਲਾਅ ਲਈ ਤਿਆਰ ਹਨ ਅਨਮੋਲ ਗਗਨ। ਅਤੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਬਿਨਾਂ ਕਰਜ਼ੇ ਲਏ ਸਰਕਾਰ ਚਲਾਉਣ ਦੇ ਸਮਰੱਥ। ਅਤੇ ਇਹ ਜਿਹੜਾ ਆ ਅਨਮੋਲ ਗਗਨ ਜੀ ਦੀ ਇਹ ਵੱਡੀ ਸੁਰਖੀ ਜਿਹੜੀ ਆ ਰਹੀ ਆ। ਅਤੇ ਬਾਬਾ ਦਇਆ ਸਿੰਘ ਸੁਰ ਸਿੰਘ ਵਾਲਿਆਂ ਦੀ ਬਰਸੀ ਸੰਬੰਧੀ ਜਿਹੜਾ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ ਆ। ਅਤੇ ਐਸੀ ਭਾਈਚਾਰੇ ਦੀ ਵੋਟ ਕਾਂਗਰਸ ਲਈ ਚੰਨੀ ਨੂੰ ਵਰਤਿਆ ਜਾ ਰਿਹਾ। ਇਹ ਰਾਘਵ ਚੱਡਾ ਜੀ ਦਾ ਜਿਹੜਾ ਆ ਉਹ ਵੱਡਾ ਬਿਆਨ ਸਾਹਮਣੇ ਆ ਰਿਹਾ। ਇੱਕ ਦਿਨ ਬਾਅਦ ਹੀ ਕਾਂਗਰਸ 'ਚ ਪਰਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੱਚਰ ਅਤੇ ਸਾਬਕਾ ਮੰਤਰੀ ਸਵਰਨ ਸਿੰਘ ਫਲੌਰ ਅਤੇ ਉਹਨਾਂ ਦੇ ਪੁੱਤਰ ਦਮਨਵੀਰ ਅਕਾਲੀ ਦਲ ਸੰਯੁਕਤ ਵਿੱਚ ਜਿਹੜੇ ਨੇ ਉਹ ਸ਼ਾਮਲ ਹੋ ਗਏ ਨੇ। ਅਤੇ ਹੁਣ ਅਸੀਂ ਗੱਲ ਕਰੀਏ ਦੈਨਿਕ ਭਾਸਕਰ ਦੀ ਅਤੇ ਉਹਦੀ ਵੀ ਜਿਹੜੀ ਖਬਰ ਹੈ ਅਸੀਂ ਤੁਹਾਨੂੰ ਦੱਸ ਦਈਏ। ਅਤੇ ਉਹਦੇ ਵਿੱਚ ਸੋਨੂੰ ਸੂਦ ਜਿਹੜੇ ਬੋਲੇ ਨੇ ਅਕਾਲੀ ਰਾਜਾ ਵੋ ਜਿਸੇ ਬਣਾ ਸੋਨੂੰ ਸੂਦ ਬੋਲੇ ਨੇ ਅਸਲੀ ਰਾਜਾ ਵੋ ਹੀ ਹੈ ਜਿਸੇ ਜੇ ਬਤਾਨਾ ਨਾ ਪੜੇ ਕਿ ਮੈਂ ਕੈਂਡੀਡੇਟ ਹੂੰ। ਔਰ ਕਾਂਗਰਸ ਨੇ ਕਿਹਾ ਕਿ ਚੰਨੀ ਕਾ ਚਿਹਰਾ ਆ ਗਏ ਕਿ ਉਹ ਕੈਂਡੀਡੇਟ ਹੀ ਕਿੱਦਾਂ ਦਾ ਜਿਹਨੂੰ ਦੱਸਣਾ ਪਵੇ ਕਿ ਮੈਂ ਇਸ ਪਾਰਟੀ ਦੇ ਵਿੱਚੋਂ ਖੜਿਆ ਹਾਂ। ਇਹ ਸੋਨੂੰ ਸੂਦ ਜੀ ਦਾ ਕਹਿਣਾ ਆ। ਅਤੇ ਤੀਸਰੀ ਲਹਿਰ ਦੀ ਵਿਵਸਥਾ ਦਾ ਮਤਲਬ ਇਹ ਨਹੀਂ ਹੈ ਕਿ ਅਨਾਥ ਬੱਚਿਆਂ ਨੂੰ ਜਿਹੜਾ ਨਜ਼ਰਅੰਦਾਜ਼ ਕੀਤਾ ਜਾਵੇ। ਅਤੇ ਇੱਦਾਂ ਦੀਆਂ ਜਿਹੜੀਆਂ ਸੁਰਖੀਆਂ ਨੇ ਉਹ ਲਗਾਤਾਰ ਸਾਡੀਆਂ ਅਖਬਾਰਾਂ ਦੇ ਵਿੱਚ ਆ ਰਹੀਆਂ ਨੇ। ਅਤੇ ਅਸੀਂ ਗੱਲ ਕਰੀਏ ਬਸੀ ਪਠਾਣਾ ਹਲਕੇ ਦੇ ਵਿੱਚੋਂ ਜਿੱਥੇ ਚੋਣ ਨੂੰ ਲੈ ਕੇ ਬੜਾ ਘਮਸਾਣ ਮਚਿਆ ਹੋਇਆ ਆ, ਜਿੱਥੇ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਜਿਹੜੇ ਡਾਕਟਰ ਮਨੋਹਰ ਜੀ ਉੱਥੇ ਖੜ੍ਹੇ ਨੇ। ਅਤੇ ਕਾਂਗਰਸ ਨੇ ਉਹਨਾਂ ਦੇ ਬਦਲੇ ਜਿਹੜਾ ਆ ਗੁਰਪ੍ਰੀਤ ਸਿੰਘ ਜੀਪੀ ਜੀ ਨੂੰ ਉੱਥੋਂ ਦੀ ਜਿਹੜੀ ਆ ਟਿਕਟ ਦੇ ਦਿੱਤੀ ਹੈ। ਅਤੇ ਕੱਲ੍ਹ ਜਿਹੜਾ ਆ ਡਾਕਟਰ ਮਨੋਹਰ ਨੇ ਉੱਥੇ ਇਕੱਠ ਕੀਤਾ, ਇਕੱਠ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ ਮੇਰੇ ਵਿਰੁੱਧ ਖਿਲਾਫ਼ ਜਾਂ ਮੇਰੇ ਖਿਲਾਫ਼ ਨਾਅਰੇਬਾਜ਼ੀ ਕਰੂਗਾ ਜਾਂ ਮੇਰੇ ਖਿਲਾਫ਼ ਲੜੂਗਾ ਜਾਂ ਮੇਰੇ ਵਾਰ ਗਲਤ ਪ੍ਰਚਾਰ ਕਰੇਗਾ ਤਾਂ ਮੈਂ ਉਹਨਾਂ ਦੇ ਹੀ ਏਰੀਏ ਦੇ ਵਿੱਚ ਜਾ ਕੇ ਜਿਹੜਾ ਆ ਉਹਨਾਂ ਦਾ ਵਿਰੋਧ ਕਰਾਂਗਾ। ਅਤੇ ਹੋ ਸਕਦਾ ਕਿਤੇ ਨਾ ਕਿਤੇ ਜਿਹੜੇ ਆ ਡਾਕਟਰ ਮਨੋਹਰ ਜੀ ਜੋ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਵੀ ਹਨ, ਉਹਨਾਂ ਨੂੰ ਉੱਥੋਂ ਟਿਕਟ ਜਿਹੜੀ ਆ ਬਸੀ ਪਠਾਣਾ ਦੇ ਹਲਕੇ ਦੇ ਵਿੱਚੋਂ ਟਿਕਟ ਨਹੀਂ ਦਿੱਤੀ ਜੀ। ਅਤੇ ਉਹਨਾਂ ਨੇ ਇਹ ਵੀ ਕਿਹਾ ਆ ਜਾਂ ਇੱਦਾਂ ਦਾ ਮੰਨਣਾ ਆ, ਜਾਣਕਾਰ ਅਤੇ ਭਰੋਸੇਮੰਦ ਜਿਹੜੇ ਸੂਤਰਾਂ ਨੇ ਦੱਸਿਆ ਕਿ ਉਹ ਸ਼ਾਇਦ ਜਿਹੜਾ ਕਿਸਾਨ ਸੰਘਰਸ਼ ਕਮੇਟੀਆਂ ਵੱਲੋਂ ਵੀ ਜਿਹੜਾ ਆ ਉਹ ਸਮਰਥਨ ਲੈ ਸਕਦੇ ਨੇ, ਉਹਨਾਂ ਨੂੰ ਉਹਨਾਂ ਦੇ ਵੱਲੋਂ ਵੀ ਖੜ ਸਕਦੇ ਨੇ। ਪਰ ਹਾਲਾਂਕਿ ਉਹਨਾਂ ਨੇ ਇਹੀ ਬਿਆਨ 'ਚ ਕਿਹਾ ਆ ਕਿ ਉਹ ਆਜ਼ਾਦ ਉਮੀਦਵਾਰ ਲੜਨਗੇ ਉੱਥੋਂ। ਅਤੇ ਹੋਰ ਇੱਦਾਂ ਦੀਆਂ ਕਿਹੜੀਆਂ ਸਰਗਰਮੀਆਂ ਨੇ, ਹੋਰ ਕਿੱਦਾਂ ਦੇ ਜਿਹੜੇ ਐਲਾਨ ਕੀਤੇ ਨੇ? ਅਤੇ ਪੰਜਾਬ ਦੇ ਵਿੱਚ ਜਿਹੜਾ ਆ ਉਹ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਜਿਹੜਾ ਆ ਆਪਣਾ CM ਦਾ ਚਿਹਰਾ ਐਲਾਨ ਦਿੱਤਾ ਆ। ਅਤੇ ਆਓ ਅਸੀਂ ਹੁਣ ਗੱਲਬਾਤ ਕਰਦੇ ਹਾਂ ਸਾਡੇ ਅੱਜ ਦੇ ਮੁੱਖ ਮਹਿਮਾਨ ਜਿਹੜੇ ਨੇ ਉਹ ਨੇ ਉੱਘੇ ਵਿਦਵਾਨ ਡਾਕਟਰ ਖੁਸ਼ਹਾਲ ਸਿੰਘ ਜੀ ਹੋਰਾਂ ਦੇ ਨਾਲ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਵਿਚਾਰ ਵੀ ਜਿਹੜੇ ਆ ਉਹਨਾਂ ਦੇ ਨਾਲ ਜਿਹੜੇ ਸਾਂਝੇ ਕਰਾਂਗੇ। ਅਤੇ ਹਾਂਜੀ, ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਰ, ਇਸ ਤੋਂ ਪਹਿਲਾਂ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਵੀ ਸੁਣੀਆਂ ਨੇ ਅਤੇ ਅਖਬਾਰਾਂ ਕੀ ਕਹਿੰਦੀਆਂ ਨੇ, ਅਖਬਾਰਾਂ ਬਦਲ ਫੇਰ ਕਰਦੀਆਂ ਨੇ। ਅਤੇ ਜੇ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਦਾ ਜਿਹੜਾ ਭਗਵੰਤ ਮਾਨ ਜੀ ਸੀ ਉਹਨਾਂ ਦਾ ਵੱਡਾ ਬਿਆਨ ਸੀਗਾ ਕਿ ਅਸੀਂ ਜਿਹੜਾ ਆ ਕੋਈ ਵੀ CM ਦਾ ਚਿਹਰਾ ਥੋਪਾਂਗੇ ਨਹੀਂ ਅਤੇ ਜਨਤਾ ਜਿਹੜੀ ਆ ਉਹ ਇਹ ਨਿਰਣਾ ਕਰੇਗੀ ਕਿ ਜਿਹੜਾ ਆ CM ਦਾ ਚਿਹਰਾ ਅਗਲਾ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਕੌਣ ਹੋਏਗਾ। ਅਤੇ ਉਹਨਾਂ ਨੇ ਇੱਕ ਟੈਲੀਫੋਨ ਨੰਬਰ ਵੀ ਦਿੱਤਾ ਸੀਗਾ ਜਿਸ ਨੰਬਰ 'ਤੇ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਲਗਾਤਾਰ ਜਿਹੜੇ ਫੋਨ ਆ ਰਹੇ ਨੇ ਅਤੇ ਉਹਨਾਂ ਨੂੰ ਭਗਵੰਤ ਮਾਨ ਜੀ ਬਾਰੇ ਜਿਹੜੀ ਆ ਉਹ ਸਲਾਹ ਦਿੱਤੀ ਸੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
गगन जी, वाहेगुरु जी का खालसा वाहेगुरु जी की फतेह। सब तो पहले तो गल है कि आम आदमी पार्टी ने जिहड़ा लोगों के गई है, जिहड़ा इशू उठाया आ, सीएम नूं जिहड़ा आ पंजाब दे लोग चुन गए। हाँ जी, ये गैर लोकतंत्री प्रणाली है। पंजाब दे विच भारत दे संविधान दे विच कोई इस तरह का नियम नहीं है कि लोग सीधे सीएम नूं चुनदे होण। हाँ जी, सीएम चुनिया जांदा विधानक, जिहड़े सीएम जे लोग चुनदे आ एमएलए नूं, विधायकां नूं, विधायक अपना पार्टी का लीडर चुनदे आ ते उह अगे जिहड़ा उहनूं सीएम जिहड़ा बना दित्ता जांदा है, जिहड़ा सिस्टम हैगा आ। हाँ जी, इह पहली वारी ਇਹ ਜਿਹੜਾ ਆ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ, ਅਤੇ ਇੱਕ ਬਹੁਤ ਵੱਡਾ ਅਸੀਂ ਕਿ ਝੂਠ ਬੋਲਿਆ ਜਾ ਰਿਹਾ। ਇਹ ਝੂਠ ਬੋਲਿਆ ਜਾ ਰਿਹਾ ਕਿ 22 ਲੱਖ ਬੰਦਿਆਂ ਨੇ ਜਿਹੜਾ ਹੈ ਨਾ ਉਹ ਜਿਹੜਾ ਆ ਉਹ ਇਹਦੇ ਵਿੱਚ ਭਾਗ ਲਿਆ ਆ। ਹਾਂਜੀ, ਹਾਲੇ ਤੱਕ ਇਹਨਾਂ ਦੇ ਜਿਹੜੇ ਬੁਲਾਰੇ ਆ ਉਹ ਨਹੀਂ ਦੱਸ ਸਕੇ ਕਿ ਇਹੋ ਜਿਹਾ ਸੋਫਟਵੇਅਰ ਕਿਹੜਾ ਡਿਵੈਲਪ ਹੋਇਆ ਆ ਜਿਹੜਾ 1 ਸੈਕਿੰਡ ਦੇ ਵਿੱਚ ਹਾਂਜੀ 10-10 ਜਿਹੜੀਆਂ ਨੇ ਉਹ ਮੈਸੇਜ ਭੇਜ ਸਕਦਾ ਆ ਜਾਂ ਕਾਲਾਂ ਹੋ ਸਕਦੀਆਂ ਨੇ। ਹਾਂਜੀ ਹਾਂਜੀ, ਕਿਸੇ ਤਰੀਕੇ ਵੀ ਪੋਸੀਬਲ ਨਹੀਂ। ਅਤੇ ਇਹ ਸਿਰਫ ਲੋਕ ਇਹ ਸਾਰੇ ਦਾ ਲੋਕਾਂ ਨੂੰ ਜਿਹੜਾ ਪਾਰਦਰਸ਼ੀ ਤਰੀਕੇ ਨਾਲ ਦੱਸਿਆ ਨਹੀਂ ਜਾਂਦਾ ਸਿਸਟਮ ਕਿਹੜਾ ਸਿਸਟਮ ਹੈ, ਹਾਲੇ ਤੱਕ ਇਹ ਦੱਸਣ ਵਿੱਚ ਕਾਮਯਾਬ ਨਹੀਂ ਹੋਏ। ਇਹ ਜਿਹੜਾ ਆ ਦੌਰ ਚੱਲ ਰਿਹਾ ਹੈ ਝੂਠਾਂ ਦਾ ਅਤੇ ਫਰੇਬਾਂ ਦਾ ਚੱਲ ਰਿਹਾ ਆ। ਅਤੇ ਆਮ ਆਦਮੀ ਪਾਰਟੀ ਜਿਹਦੇ ਬਾਰੇ ਸਮਝਿਆ ਜਾਂਦਾ ਸੀਗਾ ਕਿ ਇਹ ਇੱਕ ਨਵੀਂ ਅਵਸਥਾ ਲੈ ਕੇ ਆਉਣੀ ਇਹਨੇ ਬਦਲਾਅ ਲੈਣੇ ਆ, ਪਰ ਆਮ ਆਦਮੀ ਪਾਰਟੀ ਨੇ ਵੀ ਨਵੇਂ ਜਿਹੜੇ ਝੂਠ ਬੋਲਣ ਦੇ ਮਿਆਰ ਨੇ ਉਹ ਬਣਾਏ ਹੈ। ਹਾਂਜੀ, ਸਭ ਤੋਂ ਪਹਿਲਾਂ ਉਹਨਾਂ ਨੇ ਭਗਵੰਤ ਮਾਨ ਵਾਲੇ ਇਸ਼ੂ ਦੇ ਉੱਤੇ ਲੋਕਾਂ ਨਾਲ ਫਰਾਡ ਕੀਤਾ ਆ ਕਿ ਸੀਐਮ ਤਾਂ ਹਾਲੇ ਉਦੋਂ ਚੁਣਿਆ ਜਾਊਗਾ ਜਦੋਂ ਇਹਨਾਂ ਦੇ ਐਮਐਲਏ ਚੁਣੇ ਜਾਣਗੇ। ਉਸ ਤੋਂ ਪਹਿਲਾਂ ਸੀਐਮ ਚੁਣਨਾ ਦੇ ਨਾ ਹੀ ਕੋਈ ਪ੍ਰਕਿਰਿਆ, ਸਿਰਫ ਲੋਕਾਂ ਨਾਲ ਇਹ ਜਿਹੜਾ ਫਰਾਡ ਅਤੇ ਝੂਠ ਬੋਲਿਆ ਜਾ ਰਿਹਾ। ਹਾਂਜੀ, ਉਸ ਤੋਂ ਪਹਿਲਾਂ ਇਹਨਾਂ ਨੇ ਕਿਹਾ ਕਿ ਜਿਹੜਾ ਚੋਣ ਕਮਿਸ਼ਨ ਨੇ ਕਿਸਾਨ ਮੋਰਚੇ ਦੀ ਮਦਦ ਕਰਨ ਵਾਸਤੇ ਜਿਹੜਾ ਉਹਨੂੰ ਰਜਿਸਟਰਡ ਕੇ, ਕਿਸਾਨ ਇੱਕ ਭਾਰਤ ਦੇ ਪੰਜਾਬ ਦੇ ਵਸਨੀਕ ਨੇ, ਉਹਨਾਂ ਦਾ ਲੋਕਤੰਤਰੀ ਹੱਕ ਹੈ ਕਿ ਉਹ ਉਹਦੇ 'ਤੇ ਭਾਗ ਲੈ ਸਕਦੇ ਆ। ਹਾਂਜੀ, ਆਮ ਆਦਮੀ ਪਾਰਟੀ ਨੂੰ ਹੁਣ ਲੱਗਦਾ ਕਿ ਸਾਡੀਆਂ ਵੋਟਾਂ ਕੱਟੀਆਂ ਜਾਣਗੀਆਂ ਹਾਂਜੀ ਕਿਸਾਨਾਂ ਦੇ ਵਿੱਚੋਂ, ਇਸ ਕਰਕੇ ਉਹ ਝੂਠੇ ਜਿਹੜੇ ਆ ਫਰੇਬ ਜਿਹੜੇ ਝੂਠੇ ਇਲਜ਼ਾਮ ਹੈ ਉਹ ਪਹਿਲਾਂ ਸੰਯੁਕਤ ਮੋਰਚੇ 'ਤੇ ਲਾ ਰਹੇ ਸੀ, ਕਦੀ ਉਹ ਚੋਣ ਕਮਿਸ਼ਨ 'ਤੇ ਲਾ ਰਹੇ ਆ। ਉਹਨਾਂ ਨੂੰ ਚੰਗਾ ਭਲਾ ਪਤਾ ਆ ਕਿ 5 ਸਟੇਟਾਂ ਵਿੱਚ ਪਹਿਲਾਂ ਇੰਡੀਆ ਦੇ ਵਿੱਚ ਇਸ ਤਰ੍ਹਾਂ ਹੋ ਚੁੱਕਿਆ ਹੈ, ਪਹਿਲੀ ਵਾਰੀ ਨਹੀਂ ਹੋਇਆ। ਹਾਂਜੀ ਹਾਂਜੀ, ਕਰੋਨਾ ਦੇ ਤਹਿਤ ਜਿੰਨਾ ਸਟੇਟ ਦੇ ਵਿੱਚ ਇਲੈਕਸ਼ਨ ਹੁੰਦੇ ਆ ਉੱਥੇ ਐਵੇਂ ਦੇ ਨੋਟੀਫਿਕੇਸ਼ਨ ਜਾਰੀ ਹੁੰਦੇ ਆ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ ਡਾਕਟਰ ਸਾਹਿਬ। ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਸੀਐਮ ਦਾ ਚਿਹਰਾ ਜਿਹੜਾ ਐਲਾਨ ਕੀਤਾ ਆ, ਸਾਡੇ ਨਾਲ ਜਿਹੜੇ ਉੱਘੇ ਵਿਦਵਾਨ ਡਾਕਟਰ ਖੁਸ਼ਹਾਲ ਸਿੰਘ ਜੀ ਜਿਹੜੇ ਸਾਡੇ ਨਾਲ ਵਿਚਾਰ ਵਟਾਂਦਰਾ ਕਰਦੇ ਸੀ। ਹਾਂਜੀ ਡਾਕਟਰ ਸਾਹਿਬ। ਹਾਂਜੀ, ਅਸੀਂ ਗੱਲ ਕਰ ਰਹੇ ਸੀਗੇ ਆਮ ਆਦਮੀ ਪਾਰਟੀ ਦੇ ਜਿਹੜੇ ਦਾਅਵੇ ਕੀਤੇ ਜਾ ਰਹੇ ਉਹਨਾਂ ਦੇ ਸੰਬੰਧੀ। ਉਹ ਹੁਣ ਉਹਨਾਂ ਦੇ ਖੈਰ ਜਿਹੜਾ ਐਲਾਨ ਹੈ, ਪਹਿਲਾਂ ਤਾਂ ਇਹਦੇ ਵਿੱਚ ਸਾਰੇ ਪੰਜਾਬ ਨੂੰ ਪਤਾ ਹੈ ਕਿ ਉਹਨਾਂ ਕੋਲ ਸਰਦਾਰ ਭਗਵੰਤ ਸਿੰਘ ਮਾਨ ਤੋਂ ਸੀਨੀਅਰ ਕੋਈ ਜਿਹੜਾ ਲੀਡਰ ਨਹੀਂ ਹੈ ਪਾਰਟੀ ਦੇ ਵਿੱਚ, ਅਤੇ ਇਸ ਕਰਕੇ ਉਹਨਾਂ ਦਾ ਕਲੇਮ ਵੀ ਬਣਦਾ, ਉਹਨਾਂ ਨੇ ਮਾੜੇ ਟਾਈਮ ਵੀ ਪਾਰਟੀ ਦਾ ਸਾਥ ਦਿੱਤਾ, ਇਸ ਕਰਕੇ ਸੀਐਮ ਦਾ ਚਿਹਰਾ ਉਹਨੂੰ ਬਣਾਉਣਾ ਹੈ ਜਿਹੜਾ ਆ ਉਹ ਉਹਨਾਂ ਦਾ ਅਧਿਕਾਰ ਹੈ। ਠੀਕ ਹੈ, ਉਹਨਾਂ ਨੇ ਜੋ ਵੀ ਕੁਛ ਕੀਤਾ ਆ, ਪਰ ਇਹਦੇ ਵਿੱਚ ਲੋਕ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼, ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਪੰਜਾਬ ਦੇ ਲੋਕ ਉਹਨਾਂ ਨੂੰ ਕਰ ਰਹੇ ਹੈ, ਇਹ ਤਾਂ ਆਉਣ ਵਾਲੇ ਇਲੈਕਸ਼ਨ ਤੋਂ ਬਾਅਦ ਇਹ ਵੀ ਲੋਕਾਂ ਨੂੰ ਵੋਟਾਂ ਨੂੰ ਜਿਹੜਾ ਆ ਗੁੰਮਰਾਹ ਕਰਨ ਵਾਲੀ ਗੱਲ ਹੈਗੀ ਆ ਕਿ 22 ਲੱਖ ਲੋਕਾਂ ਨੇ ਉਹਨਾਂ ਦੇ ਵਿੱਚ ਭਾਗ ਲਿਆ ਆ, ਅਤੇ ਹਾਲੇ ਤੱਕ ਕੋਈ ਪਾਰਦਰਸ਼ਤਾ ਨਹੀਂ ਕਿਹੜੇ ਤਰੀਕੇ ਆ ਜਿਨ੍ਹਾਂ ਦੇ ਰਾਹੀਂ 22 ਲੱਖ ਲੋਕਾਂ ਦੇ ਉਹਨਾਂ ਨੇ ਜਿਹੜੀ ਆ ਰਹਿ ਲਈ ਹੈ। ਇਹ ਸਾਰਾ ਕੁਛ ਜਿਹੜਾ ਆ ਫਰਾਡ ਹੈ, ਅਤੇ ਇਹਦੇ ਨਾਲ ਜਿਹੜਾ ਆ ਜਿਹੜੇ ਆ ਲੋਕਤੰਤਰੀ ਕੀਮਤਾਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੇ ਵਿੱਚ ਜਿਹੜਾ ਹੋਰ ਜਿਹੜਾ ਉਹ ਨੁਕਸਾਨ ਹੁੰਦਾ ਆ। ਸੋ ਇਹਦੇ ਵਿੱਚ ਜਿਹੜਾ ਵੀ ਹੁਣ ਦੂਸਰੀ ਗੱਲ ਹੈਗੀ ਆ ਕਿ ਜਿਸ ਤਰ੍ਹਾਂ ਦੇ ਪਿਛਲੇ ਸਮੇਂ ਦੇ ਵਿੱਚ ਬਿਆਨ ਆਏ ਆ ਇਹਨਾਂ ਦੇ ਲੀਡਰਾਂ ਵੱਲੋਂ, ਰਾਘਵ ਚੱਡਾ ਵੱਲੋਂ ਆਏ ਆ, ਉਹ ਜਿਹੜੇ ਆ ਇੱਕ ਪੰਜਾਬੀ ਵਿਰੋਧੀ ਹੈਗੇ ਆ, ਪੰਜਾਬੀਆਂ ਦੇ ਵਿਰੋਧੀ ਹੈਗੇ ਆ। ਔਰ ਅਸੀਂ ਕਹੀਏ ਕਿ ਜਿਸ ਤਰੀਕੇ ਨਾਲ ਹੁਣ ਉਹਨਾਂ ਦਾ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ, ਖਾਸ ਕਰਕੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਆ ਰਿਹਾਈ ਦੇ ਮਸਲੇ ਨੂੰ ਲੈ ਕੇ, ਕੇਜਰੀਵਾਲ ਦਾ ਦੋਹਰਾ ਚਿਹਰਾ ਜਿਹੜਾ ਲੋਕਾਂ ਦੇ ਸਾਹਮਣੇ ਨੰਗਾ ਹੋਇਆ ਆ। ਇੱਕ ਪਾਸੇ ਉਹ ਜਿਹੜਾ ਆ ਇੱਥੇ ਪੰਜਾਬ ਦਾ ਹਿਤੈਸ਼ੀ ਦੱਸਣਾ ਚਾਹੁੰਦਾ, ਦੂਸਰੇ ਪਾਸੇ ਜਿਹੜੀ ਹੈ ਉਹਦੀ ਰਿਹਾਈ ਹੋਣੀ ਸੀ ਉਹਦੇ ਵਿੱਚ ਜਿਹੜੀ ਹੈ ਇਹਨੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਹੈ, ਉਹ ਸਾਰਾ ਜਿਹੜਾ ਮੀਡੀਆ ਦੇ ਵਿੱਚ ਤਕਰੀਬਨ ਆਇਆ। ਤੀਜੀ ਗੱਲ ਹੈ ਕਿ ਜਿਹੜਾ ਉਹ ਕਲੇਮ ਕਰਦੇ ਆ ਕਿ ਅਸੀਂ ਬਦਲਾ ਆਇਆ, ਹਾਂਜੀ ਤੁਸੀਂ 13 ਬੰਦਿਆਂ ਨੂੰ ਇੱਕ ਦਿਨ ਪਹਿਲਾਂ ਜਿਹੜੇ ਪਾਰਟੀ 'ਚ ਸ਼ਾਮਿਲ ਹੋਏ ਉਹਨਾਂ ਨੂੰ ਟਿਕਟਾਂ ਦਿੱਤੀਆਂ ਆ, ਹਾਂਜੀ ਟਿਕਟਾਂ ਦੇ ਉੱਤੇ ਲੋਕਾਂ ਦੇ ਵਿੱਚ ਵੀਡੀਓ ਆ ਰਹੀਆਂ ਨੇ ਜਿਹੜੇ ਤੁਸੀਂ ਵੇਚੀ ਟਿਕਟਾਂ ਵੇਚੀਆਂ ਗਈਆਂ ਨੇ ਵੱਡੇ ਪੱਧਰ 'ਤੇ ਪੰਜਾਬ ਦੇ ਵਿੱਚ, ਅਤੇ ਉਹ ਜਿਹੜਾ ਸਾਰਾ ਲੋਕ ਜਿਹੜਾ ਪੈਸਾ ਸੀ ਉਹ ਪੰਜਾਬ ਦਾ ਸੀ, ਪੰਜਾਬੀਆਂ ਦਾ ਪੈਸਾ ਜਿਹੜਾ ਉਹ ਜਿਹੜਾ ਆ ਕੇਜਰੀਵਾਲ ਦੀ ਜਿਹੜੀ ਟੀਮ ਹੈ ਪਿਛਲੀ ਵਾਰੀ ਵੀ ਲੁੱਟਿਆ ਆ,
ਤੇ ਹੁਣ ਵੀ ਜਿਹੜੀ ਆ ਉਹ ਉਹਦਾ ਜਿਹੜਾ ਸਾਰਾ ਕੁਝ ਦੇਖਦੇ ਆ ਕਿ ਜਿਹਨੇ ਇੱਕ ਦਿਨ ਹਾਲਾਂਕਿ ਕੋਹਲੀ ਸਾਹਿਬ ਪਟਿਆਲੇ ਤੋਂ ਹੈ ਉਹ ਸ਼ਾਮਿਲ ਬਾਅਦ ਚ ਹੋਇਆ ਪਾਰਟੀ ਚ ਹਾਂਜੀ ਟਿਕਟ ਦਾ ਜਿਹੜਾ ਉਹਨਾਂ ਦਾ ਪਹਿਲਾਂ ਜਿਹੜਾ ਘੋਸ਼ਿਤ ਕਰ ਦਿੱਤੀ ਗਈ ਸੀ ਇਸੇ ਤਰੀਕੇ ਨਾਲ 57 ਬੰਦੇ ਆ ਜਿਹੜੇ ਬਾਹਰਲੀਆਂ ਪਾਰਟੀਆਂ ਤੋਂ ਲਿਆ ਕੇ ਖੜੇ ਕੀਤੇ ਆ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਕੋਲ ਬੰਦਿਆਂ ਦੀ ਘਾਟ ਸੀਗੀ ਹਾਂਜੀ ਜਿਹੜੇ ਅਸੀਂ ਫਗਵਾੜੇ ਦੀ ਟਿਕਟ ਤੋਂ ਸੀਟ ਤੋਂ ਵੀ ਲਾਈ ਉਹ ਵੀ ਜਿਹੜਾ ਸਾਰਾ ਕੁਛ ਹੈ ਹਾਂਜੀ ਹਾਂਜੀ ਸਾਡੇ ਨਾਲ ਕਾਲਰ ਕਾਲ ਤੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਪ੍ਰੋਫੈਸਰ ਆ ਜਿਹੜਾ ਉਹ ਬੇਚਾਰਾ ਕੀ ਓਹਦੀ ਹਾਲਤ ਆ ਅਸੀਂ ਰੋਜ ਦੇਖਦੇ ਆ ਹਾਂਜੀ ਕਿਉਂ ਨੀ ਓਹਨੂੰ ਬੇਚਾਰੇ ਨੂੰ ਛੱਡਿਆ ਜਾਂਦਾ ਹਾਂਜੀ ਓਹਨੂੰ ਬਿਲਕੁਲ ਨੀ ਪੰਜਾਬ ਚੋਂ ਵੋਟ ਮਿਲਣੀ ਚਾਹੀਦੀ ਪਰ ਪੰਜਾਬ ਵਾਲਿਆਂ ਨੂੰ ਸਮਝਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਵਿਡਮੁੱਲੇ ਵਿਚਾਰ ਦੇਣ ਦੇ ਲਈ ਹਾਂਜੀ ਗਗਨ ਜੀ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਦਰਸ਼ਕਾਂ ਦੀ ਭਾਵਨਾ ਐਵੇਂ ਦੀ ਹੈ ਹਾਂਜੀ ਸੋ ਅਸੀਂ ਜਿਹੜਾ ਇਹ ਵਾਅਦਾ ਕੀਤਾ ਜਾ ਰਿਹਾ ਕਿ ਅਸੀਂ ਦੂਸਰੀਆਂ ਪਾਰਟੀਆਂ ਨਾਲ ਅਲੈਦਾ ਆ ਅਸੀਂ ਬਦਲ ਦੇਣਾ ਆ ਤਾਂ ਬਦਲ ਤੇ ਉਹ ਦੇਣਾ ਆ ਉਹ ਅਸੀਂ ਦੇਖ ਹੀ ਲਿਆ ਆ ਹਾਂਜੀ 56 ਜਿਹੜੇ ਉਮੀਦਵਾਰ ਹੈ ਹੁਣ ਤੱਕ ਹੁਣ ਤਾਂ ਹੋਰ ਵੱਧ ਗਏ ਹੁਣੇ ਕੱਲ੍ਹ ਪਰਸੋਂ ਦਾ ਹੋਰ ਵੱਧ ਗਏ ਆ ਹਾਂਜੀ ਅਤੇ ਇਹ ਸਾਰੇ ਦੂਜੀਆਂ ਪਾਰਟੀਆਂ ਤੋਂ ਲਏ ਆ ਅਤੇ ਆਪਣੀ ਪਾਰਟੀ ਦੇ ਵਰਕਰ ਇਹਨਾਂ ਕੋਲ ਹੈ ਨਹੀਂ ਜਿਹੜੇ ਆ ਉਹ ਦੇਣ ਵਾਸਤੇ ਹਾਂਜੀ ਇਸ ਵਾਸਤੇ ਜਿਹੜਾ ਸਾਰਾ ਕੁਛ ਹੈ ਇਹ ਲੋਕਾਂ ਨੂੰ ਧੋਖਾ ਦੇਣ ਦਾ ਜਿਹੜਾ ਆ ਉਹ ਸਾਰੀਆਂ ਪਾਰਟੀਆਂ ਵੈਸੇ ਕਰ ਰਹੀਆਂ ਨੇ ਇਹ ਕਰੇ ਇਹ ਇਹਨਾਂ ਤੋਂ ਉਮੀਦ ਸੀ ਕਿ ਸ਼ਾਇਦ ਇਹ ਨਵੇਂ ਹੈ ਅਤੇ ਇਹ ਕੋਈ ਵੱਖਰਾ ਲੈ ਕੇ ਆਉਂਗੇ ਅਸੀਂ ਤਾਂ ਇਹਨਾਂ ਦਾ ਜ਼ਿਕਰ ਕਰ ਰਹੇ ਹਾਂ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਸੇਮ ਹੀ ਚੱਲ ਰਿਹਾ ਤੁਸੀਂ ਦੇਖੋ ਇੱਕ ਫਿਰੋਜ਼ਪੁਰ ਦੇ ਵਿੱਚੋਂ ਇੱਕ ਜਿਹੜਾ ਇਹਨਾਂ ਦਾ ਉਮੀਦਵਾਰ ਸੀਗਾ ਜਿਹਨੂੰ ਟਿਕਟ ਦਿੱਤੀ ਸੀਗੀ ਉਹ ਟਿਕਟ ਸਮੇਤ ਹੀ ਕਾਂਗਰਸ ਦੇ ਵਿੱਚ ਚਲਾ ਗਿਆ ਆ ਅਤੇ ਟਿਕਟ ਉਹਨੇ ਵਾਪਸ ਕਰਤੀ ਆ ਚਲੋ ਅੱਜ ਕੱਲ੍ਹ ਪੋਲੀਟੀਕਲ ਸਿਸਟਮ ਹੁੰਦਾ ਆ ਉਹਨੇ ਜਿਹੜੇ ਦੋਸ਼ ਲਾਏ ਆ ਉਹ ਦੋਸ਼ ਤਾਂ ਸਾਰੇ ਪੋਲੀਟੀਕਲ ਬੰਦੇ ਲਾਉਂਦੇ ਹੀ ਹੈ ਪਰ ਗੱਲ ਇਹ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਹੁਣ ਹਾਂਜੀ ਸਾਡੇ ਨਾਲ ਕਾਲਰ ਕਾਲ ਤੇ ਨੇ ਆਓ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਭੁੱਲਰ ਉਹ ਹੀ ਆ ਜਿਹਨੇ ਉਹਨੂੰ ਬੇਅੰਤ ਸੋ ਮਾਰਿਆ ਸੀਗਾ ਰਾਜੋਵਾੜੇ ਦੇ ਨਾਂ ਰਲ ਕੇ ਨਹੀਂ ਜੀ ਨਹੀਂ ਜੀ ਭੁੱਲਰ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਉਹਨੇ ਜਿਹੜੇ ਬਿੱਟੇ ਦੇ ਬੰਬ ਕਾਂਡ ਦੇ ਵਿੱਚ ਸ਼ਾਮਿਲ ਦੱਸੇ ਜਾਂਦੇ ਸੀ ਦੋਸ਼ ਸੀ ਇਹਨਾਂ ਦੇ ਬਿੱਟਾ ਜਿਹੜਾ ਕਾਂਗਰਸੀਆ ਹਾਂਜੀ 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 ਉਹਦਾ ਪੋਤਾ ਜਿਹੜਾ ਆਪਣੇ ਨਹੀਂ ਨਹੀਂ ਪੋਤਾ ਨਹੀਂ ਜੀ ਇਹ ਅੰਮ੍ਰਿਤਸਰ ਤੋਂ ਹੈ ਜੀ ਇਹਦਾ ਪਹਿਲਾਂ ਰਿਕਾਰਡ ਹੈ ਜਿਹੜਾ ਬਹੁਤਾ ਚੰਗਾ ਨਹੀਂ ਸੀਗਾ ਇਹਦੇ 'ਤੇ ਕੋਈ ਸਾਈਕਲ ਚੋਰੀ ਦੇ ਕੇਸ ਵੀ ਸੀਗੇ ਇਸ ਤਰ੍ਹਾਂ ਦੇ ਕੇਸ ਅੰਮ੍ਰਿਤਸਰ ਥਾਣੇ ਦੇ ਵਿੱਚ ਦਰਜ ਕੀਤੇ ਹੋਏ ਸੀ ਪਹਿਲਾਂ ਹਾਂਜੀ ਤੇ ਪੰਜਾਬ ਦੇ ਵਿੱਚ ਕੈਬਨਿਟ ਮਿਨਿਸਟਰ ਬੇਅੰਤ ਸਿੰਘ ਕਹਿੰਦੇ ਆ ਵੀ ਕੇਜਰੀਵਾਲ ਦੇ ਹੱਥ ਬਸ ਆ ਕੇਜਰੀਵਾਲ ਦੇ ਤਾਂ ਹੱਥ ਬਸ ਨਾ ਪੁਲਿਸ ਆ ਨਾ ਉਹ ਮਹਿਕਮੇ ਤਾਂ ਦੋ ਤਿੰਨ ਹੀ ਉਹਦੇ ਹੱਥ ਇੱਕ ਹੈਗਾ ਆ ਜਿੱਦਾਂ ਹੈਲਥ ਮਹਿਕਮਾ ਜੇਲ੍ਹਾਂ ਉਹਦੇ ਅੰਡਰ ਨੇ ਜੀ ਉਹ ਫੈਸਲਾ ਅਦਾਲਤ ਵੱਲੋਂ ਹੋ ਚੁੱਕਿਆ ਆ ਤੇ ਉਹਨੂੰ ਜਿਹੜਾ ਹੋਮ ਮਿਨਿਸਟਰੀ ਨੇ ਪਰਮਿਸ਼ਨ ਦਿੱਤੀ ਹੈ ਫਾਈਲ ਨੂੰ ਤੇ ਉਹ ਜੇਲ੍ਹਾਂ ਦਾ ਜਿਹੜਾ ਮਹਿਕਮਾ ਕੇਜਰੀਵਾਲ ਦੀ ਦਿੱਲੀ ਸਰਕਾਰ ਦੇ ਅੰਡਰ ਹੈ ਤੇ ਜਿਹੜਾ ਉੱਥੋਂ ਕੈਬਨਿਟ ਮਿਨਿਸਟਰ ਸੀ ਇਹਨਾਂ ਦਾ ਸਤਿੰਦਰ ਜੈਨ ਉਹਨੇ ਜਿਹੜੇ ਉਹਦੇ ਪ੍ਰਧਾਨਗੀ ਹੇਠ ਮੀਟਿੰਗ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਭੁੱਲਰ ਸਾਹਿਬ ਦੀ ਰਿਹਾਈ ਦੇ ਉੱਤੇ ਰੋਕ ਲਾਈ ਹੈ ਕੋਈ ਕਾਰਨ ਤਾਂ ਹੋਊਗਾ ਨਾ ਰੋਕ ਲਾਉਣ ਦਾ ਕਾਰਨ ਤਾਂ ਸਰਕਾਰ ਨੇ ਦੇਖਣਾ ਵੀ ਇਹ ਜਿਹੜਾ ਆ ਇਹਦੀ ਰਿਹਾਈ ਆ ਜਿਹੜੀ ਸਮਾਜ ਦੇ ਹੱਕ ਹੈ ਜਾਂ ਨਹੀਂ ਹੈ ਉਹਨਾਂ ਨੇ ਰਿਪੋਰਟ ਦੇਣੀ ਹੈ ਕਿ ਇਹ ਜਿਹੜਾ ਅੱਤਵਾਦੀ ਹੈ ਨਹੀਂ ਹੈਗਾ ਛੱਡਣ ਦੇ ਲਾਇਕ ਇਸ ਕਰਕੇ ਹੋਇਆ ਜੀ ਹੋਵੇ ਤੁਸੀਂ ਇੱਥੇ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੂੰ ਉਮਰ ਕੈਦ ਸੀ ਜਾਂ ਉਹ ਸਾਰੀ ਮਾਫ਼ ਕਰ ਦਿੱਤੀ ਹੈ ਕਿਸ਼ੋਰੀ ਲਾਲ ਦੀ ਜਿਹੜੀ ਸਜ਼ਾ ਉਹ ਦਿੱਲੀ ਸਰਕਾਰ ਨੇ ਬੰਦ ਕੀਤੀ ਹੈ ਜਿਹੜੀ ਉਮਰ ਉਹਦੀ ਸੀਗੀ ਫਾਂਸੀ ਸਜ਼ਾ ਸਾਰਾ ਕੁਛ ਕਰ ਸਕਦੀਆਂ ਸਰਕਾਰਾਂ ਔਰ ਕਰਦੀਆਂ ਪਰੰਤੂ ਇੱਥੇ ਪ੍ਰੋਫੈਸਰ ਭੁੱਲਰ ਦਾ ਜਿਹੜਾ ਹੈ ਉਹ ਤਾਂ ਪਰੋਲ 'ਤੇ ਇੱਕ ਵਾਰੀ ਆ ਵੀ ਚੁੱਕੇ ਆ ਬਾਹਰ ਜੇਕਰ ਇੰਨੇ ਖਤਰਨਾਕ ਹੁੰਦੇ ਤਾਂ ਪਰੋਲ ਉਹਨੂੰ ਕਿਉਂ ਮਿਲਦੀ ਸੈਂਟਰ ਸਰਕਾਰ ਨੇ ਦੀ ਹੋਮ ਮਿਨਿਸਟਰੀ ਨੇ ਉਹਨਾਂ ਨੂੰ ਐਨਓਸੀ ਦਿੱਤੀ ਸੀ ਦਿੱਲੀ ਸਰਕਾਰ ਨੇ ਉਹਨਾਂ ਨੂੰ ਐਨਓਸੀ ਨਹੀਂ ਦਿੱਤੀ
ਕਿਉਂਕਿ ਜਿੱਦਾਂ ਲੋਕੀ ਕਹਿ ਜਾਂਦੇ ਲੈ ਵੀ ਕੇਜਰੀਵਾਲ ਆ ਕਰਦਾ ਉਹ ਕਰਦਾ, ਹੁਣ ਕੇਜਰੀਵਾਲ ਤੁਹਾਡੇ ਸਾਹਮਣੇ ਹੀ ਆ, ਹੁਣ ਪੰਜਾਬ ਦੇ ਵਿੱਚ ਉਹ ਜਾਂਦਾ ਵੋਟਾਂ ਲਈ। ਹਾਂਜੀ, ਲੋਕ ਵਿਰੋਧ ਕਰ ਰਹੇ ਜੀ, ਮਾੜਾ ਕਰਦਾ ਲੋਕ ਵਿਰੋਧ ਕਰ ਰਹੇ, ਕੱਲ ਵੀ ਉਹਦੇ ਦਫ਼ਤਰ ਦਾ ਘਰਾਓ ਕੀਤਾ ਹੈ, ਲੋਕ ਉਹਨਾਂ ਦੇ ਉਮੀਦਵਾਰਾਂ ਨੂੰ ਛੱਡ ਰਹੇ ਆ। ਇਸੇ ਇਸ਼ੂ ਤੇ ਉਹਨਾਂ ਦਾ ਜਿਹੜਾ ਫਿਰੋਜ਼ਪੁਰ ਦਾ ਉਮੀਦਵਾਰ ਹੈ ਜਿਹਨੇ ਟਿਕਟ ਵੀ ਵਾਪਸ ਕਰ ਦਿੱਤੀ ਹੈ, ਉਹ ਕੱਲ ਵੀ 65 ਬੰਦਿਆਂ ਨੇ ਰਿਜ਼ਾਈਨ ਕੀਤਾ ਇਸੇ ਇਸ਼ੂ ਤੇ ਲੈ ਕੇ, ਇਹਦੇ ਵਿੱਚ ਜਿਹੜੇ ਦੋਸ਼ ਲੱਗੇ ਇਹਨਾਂ ਦੇ। ਦੇਖੋ ਜੀ, ਉੱਥੇ ਪੈਸਾ ਚੱਲਦਾ, ਪੈਸੇ ਨਾਲ ਦੁਨੀਆ ਹਰੇਕ ਵਿਕਦੀ ਆ, ਇੱਧਰ ਉੱਧਰ ਹੁੰਦੇ ਆ ਸਾਰੇ, ਠੀਕ ਹੈ, ਮਤਲਬ ਕਹਿਣ ਦਾ ਹੈ ਜੀ, ਚੰਗਾ ਜੀ, ਹਾਂ ਇੱਦਾਂ ਤਾਂ ਨਹੀਂ ਹੈਗਾ, ਠੀਕ ਹੈ, ਇਹਦੇ ਕਹੇ ਕਹਾਏ ਨਹੀਂ, ਹਰੇਕ ਕੋਈ ਬੰਦਾ ਆਪਣਾ ਫਾਇਦਾ ਦੇਖਦਾ ਉੱਥੇ। ਹਾਂਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਹਾਂ ਹਾਂ ਤੇ ਹਾਂਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਕਿ ਵੀ ਇਕੱਲੇ ਬੰਦੇ, ਮੈਂ ਤਾਂ ਸਮਝਦਾ ਵੀ ਨਹੀਂ ਇਕੱਲੇ ਬੰਦੇ ਦਾ ਤਾਂ ਨਹੀਂ ਹੱਥ ਹੈਗਾ, ਮਤਲਬ ਕਹਿਣ ਦਾ ਕੋਈ ਕਮੇਟੀ ਬੈਠੂਗੀ, ਕਮੇਟੀ ਬੈਠ ਕੇ ਕੋਈ ਫੈਸਲਾ ਕਰੂਗੀ, ਫੇਰ ਹੀ ਉਹਨੂੰ ਛੱਡਣਗੇ। ਠੀਕ ਹੈ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਵਡਮੁੱਲੇ ਵਿਚਾਰ ਸਾਂਝੇ ਕਰਨ ਦੇ ਲਈ। ਹਾਂਜੀ, ਅਤੇ ਡਾਕਟਰ ਸਾਹਿਬ ਸਵਾਲ ਸਾਡੇ ਨਵੇਂ ਕਾਲਰਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ, ਤੇ ਆਪਣਾ ਨਾਮ ਤੇ ਜਿਹੜਾ ਜ਼ਰੂਰ ਦੱਸੋ। ਹਾਂਜੀ, ਮੈਂ ਪਾਲ ਸਿੰਘ ਬੋਲਦਾ। ਹਾਂਜੀ ਪਾਲ ਸਿੰਘ ਜੀ, ਬਹੁਤ ਬਹੁਤ ਸਵਾਗਤ। ਮੇਰਾ ਕੁਐਸਚਨ, ਮੈਂ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਗੱਲ ਰੱਖਦਾ। ਹਾਂਜੀ, ਮੇਰਾ ਮਤਲਬ ਇਹ ਆ ਵੀ ਜੇ ਪੰਜਾਬ ਦੇ ਵਿੱਚ ਲੋਕ ਕਹਿੰਦੇ ਆ ਜੀ ਸਰਦਾਰ ਚਿਹਰਾ ਚਾਹੀਦਾ। ਹਾਂਜੀ ਹਾਂਜੀ, ਤੇ ਮੰਗਣ ਦਾ ਅਸੀਂ ਦਿੱਲੀ ਕੋਲੋਂ ਜਾਂਦੇ ਆ, ਦਿੱਲੀ ਵਿੱਚ ਤਾਂ ਨੀ ਨਾ ਸਰਦਾਰ ਬੈਠਾ, ਤੇ ਸਰਦਾਰ ਚਿਹਰਾ ਹੋਵੇ, ਸਰਦਾਰ ਮੰਗਣ ਜਾਵੇ ਦਿੱਲੀ ਦੇ ਵਿੱਚ, ਪਹਿਲੀ ਗੱਲ ਸਾਨੂੰ ਸੋਚ ਬਦਲਣੀ ਚਾਹੀਦੀ। ਸਾਨੂੰ ਚਿਹਰਾ ਉਹ ਚਾਹੀਦਾ ਜਿਹੜਾ ਪੜ੍ਹਿਆ ਲਿਖਿਆ ਹੋਵੇ, ਚਾਹੇ ਉਹ ਸਰਦਾਰ ਹੋਵੇ ਚਾਹੇ ਉਹ ਮੋਨਾ ਹੋਵੇ। ਦੂਸਰੀ ਗੱਲ, ਜੇ ਅਸੀਂ ਗੱਲ ਕਰਦੇ ਆ ਵੀ ਆਪਣੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ, ਕੇਜਰੀਵਾਲ ਦਾ ਜਿਹੜਾ ਆ, ਮੈਂ ਉਦੋਂ ਪਹਿਲਾਂ ਗੱਲ ਕਰਦਾ ਪੰਜਾਬ ਦੇ ਲੋਕ ਜਾਗਦੇ ਕਿਉਂ ਨੀ, ਸੁੱਤੇ ਕਿਉਂ ਆ, ਜਿਹਨਾਂ ਨੇ ਇੰਨੇ ਚਿਰਾਂ ਬਾਅਦ ਆਵਾਜ਼ ਉਠਾਈ ਆ, ਉਹਨਾਂ ਬੰਦਿਆਂ ਨੂੰ ਕਿਉਂ ਨੀ ਤੁਸੀਂ ਜਿਹੜੇ ਸੈਣੀ ਵਰਗੇ ਜਾਂ ਗਿੱਲ ਵਰਗੇ ਜਿਹਨਾਂ ਨੇ ਨਿਹਧੜ ਦੇ ਡਰ ਹੋ ਕੇ ਜਿਹਨਾਂ ਸਰਕਾਰਾਂ ਦੀ ਸ਼ਾਹ ਹੇਠ ਨੌਜਵਾਨ ਮਾਰਤਾ, ਹਾਂਜੀ, ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ, ਅਸੀਂ ਉਹਨੂੰ ਨੀ ਸਪੋਰਟ ਕਰਨਾ ਵੀ ਜਿਹਨੇ ਜਿਹੜਾ, ਦੇਖੋ ਜੇ ਜਿਸ ਬੰਦੇ ਨੇ ਕਿੰਨੀ ਵਾਰੀ ਚੀਫ ਮਿਨਿਸਟਰੀ ਕੀਤੀ ਹੋਵੇ ਉਹਨੂੰ ਫੇਰ ਅਸੀਂ ਹਾਂਜੀ ਠੀਕ ਕਹਿਣਾ ਆ। ਹਾਂਜੀ ਬਿਲਕੁਲ ਜੀ, ਮਸਲਾ ਇਹ ਨੀ ਵੀ ਕੇਜਰੀਵਾਲ ਮਾੜਾ ਕੇਜਰੀਵਾਲ ਚੰਗਾ, ਮਸਲਾ ਇਹ ਆ ਵੀ ਉਹ ਐਜੂਕੇਟ ਕਿਉਂ ਆ, ਪੜ੍ਹਾਈ ਦਾ ਮਸਲਾ ਇਹ ਆ। ਜੇ ਸਾਡੇ ਪੰਜਾਬ ਦੇ ਪਹਿਲੇ ਜਿਹੜੇ ਮੁੱਖ ਮੰਤਰੀ ਬਣ ਕੇ ਆਏ ਆ, ਜੇ ਉਹ ਪੜ੍ਹੇ ਲਿਖੇ ਹੁੰਦੇ ਉਹ ਨੌਜਵਾਨੀ ਨੂੰ ਕਿਉਂ ਮਾਰਦੇ, ਕਿਉਂ ਨੌਜਵਾਨ ਸਾਡਾ ਟਰਾਲੀਆਂ ਭਰ ਭਰ ਕੇ ਕੈਨੇਡਾ ਅਮਰੀਕਾ ਨੂੰ ਜਾਂਦਾ। ਠੀਕ ਹੈ ਜੀ, ਠੀਕ, ਆਪਣੇ ਵਡਮੁੱਲੇ ਵਿਚਾਰ ਦੇਣ ਦੇ ਲਈ, ਕਿਉਂਕਿ ਸਾਡੇ ਸ਼ੋਅ ਦਾ ਜਿਹੜਾ ਉਹ ਸਮਾਂ ਸੀਮਤ ਹੈ ਜੀ। ਹਾਂਜੀ ਹਾਂਜੀ, ਠੀਕ ਹੈ ਗਗਨ ਜੀ, ਅਸੀਂ ਜਿਹੜੀ ਗੱਲ ਕਰ ਰਹੇ ਹਾਂ ਉਹ ਗੱਲ ਹੈਗੀ ਹੈ, ਸਾਨੂੰ ਕਿਸੇ ਪਾਰਟੀ ਨਾਲ ਮਤਲਬ ਨਹੀਂ, ਗੱਲ ਹੈ ਕਿ ਜਿਹੜੇ ਬੰਦੇ ਪੰਜਾਬ 'ਚ ਆ ਰਹੇ ਹੈ, ਹਾਂਜੀ, ਕਿਤੋਂ ਵੀ ਆ ਰਿਹਾ, ਇੱਕ ਤਾਂ ਪਹਿਲਾ ਹੱਕ ਹੈ ਕਿ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਉਹ ਹੋਣਾ ਚਾਹੀਦਾ ਜੋ ਪੰਜਾਬ ਦਾ ਰਹਿਣ ਵਾਲਾ ਹੋਵੇ, ਪੰਜਾਬੀ ਹੋਵੇ, ਹਾਂਜੀ, ਕਿਉਂਕਿ ਉਹ ਸਾਡਾ ਇਹ ਲੋਕਤੰਤਰ ਦਾ ਹੱਕ ਹੈਗਾ ਆ। ਦੂਜੀ ਗੱਲ ਇਹ ਕਿ ਉਹ ਚੀਫ ਮਿਨਿਸਟਰ ਚਾਹੀਦਾ ਜਿਹੜੇ ਪੰਜਾਬ ਦੇ ਹਿੱਤਾਂ ਦੀ ਪੈਰਵੀ ਕਰੇ, ਹਾਂਜੀ, ਫੈਡਰਲ ਸਿਸਟਮ ਦਾ ਹਮਦਰਦ ਹੋਵੇ, ਜਿਹੜਾ ਪੰਜਾਬ ਦੇ ਪਾਣੀਆਂ ਬਾਰੇ ਸਹੀ ਸਟੈਂਡ ਲੈ ਸਕੇ। ਹਾਂਜੀ, ਕੇਜਰੀਵਾਲ ਸਾਹਿਬ ਦਾ ਭਾਵੇਂ ਪੰਜਾਬ ਦੇ ਪੂਰਨ ਅਧਿਕਾਰ ਨੇ, ਉਹਨਾਂ ਪ੍ਰਤੀ ਵੀ ਜਿਹੜਾ ਉਹਨਾਂ ਨੇ ਕਸ਼ਮੀਰ ਜੰਮੂ ਕਸ਼ਮੀਰ ਦੇ ਹੱਕ 'ਚ 370 ਦੇ ਹੱਕ 'ਚ ਵੋਟ ਪਾਈ ਹੈ ਉਹਦਾ, ਅਤੇ ਪਲੱਸ ਜਿਹੜਾ ਆ ਉਹ ਪਾਣੀਆਂ ਦੇ ਮਸਲੇ। ਹਾਂਜੀ ਠੀਕ ਹੈ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਆਪਣਾ ਨਾਮ ਅਤੇ ਜਗ੍ਹਾ ਜ਼ਰੂਰ ਦੱਸੋ ਜੀ। ਮੈਂ ਦੱਸ ਰਿਹਾ ਭਾਜੀ, ਤੁਸੀਂ, ਮੈਂ ਸਿਰਫ ਇੰਨੇ ਕਿਹੜਾ ਚਾਹੁੰਦਾ, ਤੁਸੀਂ ਕੈਮਰੇ ਵੱਲ ਘੱਟ ਦੇਖੋ, ਜਿਹੜੇ ਬਾਬਾ ਜੀ ਸੱਜੇ ਪਾਸੇ ਬੈਠੇ ਉਹਨਾਂ ਨਾਲ ਗੱਲ ਜਾਰੀ ਕਰੋ ਜੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ, ਓਕੇ। ਹਾਂਜੀ ਅਤੇ ਹਾਂਜੀ, ਇਹੀ ਸੀ ਗੱਲ ਕਿ ਉਹਨਾਂ ਦਾ ਸਿਸਟਮ। ਦੂਸਰਾ ਸੀ ਗੱਲ, ਜਿਹੜੀ ਖਬਰ ਹੈ ਅਸੀਂ ਲੈਣੀ ਚਾਹੀਦੀ ਹੈ, ਹਾਂਜੀ, ਉਹ ਇਸ ਸੰਯੁਕਤ ਮੋਰਚੇ ਨੇ ਤੇ ਕੱਲ ਜਿਹੜਾ ਐਲਾਨ ਕੀਤਾ 20 ਬੰਦਿਆਂ ਦਾ ਹੋਰ ਐਲਾਨ ਕੀਤਾ, ਹਾਂਜੀ, ਤੇ 10 ਸੀਟਾਂ ਉਹਨਾਂ ਨੇ ਜਿਹੜਾ ਉਹ। ਹਾਂਜੀ, ਸਾਡੇ ਨਾਲ ਕਾਲਰ ਕਾਲ 'ਤੇ ਨੇ, ਆਓ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ। ਹਾਂਜੀ ਬਹੁਤ ਬਹੁਤ ਸਵਾਗਤ ਹੈ, ਆਪਣਾ ਨਾਮ ਅਤੇ ਜਗ੍ਹਾ ਜ਼ਰੂਰ ਦੱਸੋ ਜੀ। ਮੇਰਾ ਨਾਮ ਮਿਸਟਰ ਬਰਾੜ ਜੀ, ਮੈਂ ਲੰਡਨ ਤੋਂ ਬੋਲ ਰਿਹਾ। ਹਾਂਜੀ ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਹੈ, ਆਪਣਾ ਸਵਾਲ ਲੈ ਸਕਦੇ ਹੋ।
हाँ जी मैं एम आई ऑन दी एयर मैं हाँ जी गगनदीप सिंह जी सत श्रीकाल जी डॉक्टर साहब मैनू कई दिनों की वरीड है भी जी सांस्टीट्यूशन है हाँ जी जे ओदे विच बिधान दे विच कोई कमी है जे है कि असि हुण बंदी सिंह की गल कर रहे हैं मैं मतलब धक्के नाल जिहड़े बंदे जेल दे विच रखे है उन्हां नूं छुड़ा नहीं सकते कि साडे कोई कानून का कोई राह था है किसी वास्ते कान भी छां सुप्रीम कोर्ट जां किते भी लीगली कोई सानूं साडे कोल है अधिकार भी असीं इह काम कर सकदे जां नहीं भाई साहब जी इस तरह है कि यह जिहड़ा लॉ एंड ऑर्डर का मसला है स्टेटां दे अंडर आउंदा है वैसे परंतु इत्थे प्रॉब्लम यह है कि जिहड़ा उमर कैद है ना जी वो डिसाइड करनी है स्टेटा ने किते उम्र कैद 14 साल बाद भी जिहड़ा रिहा कर सकते हैं किते 10 साल बाद भी कर सकते हैं किते वो सारी उम्र भी जिहड़ा वो जेल च रखन दा हैगा आ इह जिहड़ियां स्टेटा ने फैसला लेना है ये उन्हां कोल पावर है कि वो करदार है जिहड़ा वो सोसायटी दे ध्यान च रख के कि बंदा जिहड़ी रिहाई है वो सोसायटी दे विच कोई कोई नुकसान नहीं करदी तां उह फैसला लैंदे आ ये भी पंजाब दे विच वड्डे वड्डे अफसर है जिहड़े पुलिस अफसर है उन्होंने 7-7, 8-8 साल जिहड़ा छड्ड दिता जांदा आ क्योंकि आम करके जिहड़ियां छुट्टियां ने खास दिनां दीआं छुट्टियां शताब्दियां ते हुंदियां ने वह उन्हां चों घटा के उन्हां दी जिहड़ी सज़ा आ वह लगभग जिहड़ी आ अद्धे तों भी घट जांदी है पर इह फैसला करना हुंदा स्टेट ने तां स्टेट है जिहड़ी जदों एवें दे कैदी है जिहड़े अदालत ने ते जिहड़ा उन्हां नूं सज़ा सुनाउणी सी सुनाती उम्र कैद दी तां डबल सज़ा किसी नूं नहीं दित्ती जा सकती भई एक तुसीं उम्र कैद भी उन्हां तों करा लो तो फांसी भी ला दो जां उन्हूं तुसीं जिहड़ा सारी उम्र वास्ते जिहड़ा आ भर जिंदगी है जिहड़ा उन्हूं अंदर रखो ये प्रोविजन नहीं हैगी कोई लेकिन अदालतां ने अपने फैसले सुना दिते आ अगले फैसले जिहड़े सियासी हुंदे आ वह स्टेटां ने लैणे हुंदे आ ते स्टेट है जिहड़ी जिथे भी सरकार हुंदी जान बुझ के एवें दे कैदी जिन्हां दे पंजाब हुण कोई दिल्ली विच जिहड़ा वह मुकदमा नहीं हैगा आम करके जिहड़े इस तरह के कैदी आ उन्हां नूं आ उन्हां दे पितरी स्टेट दे विच भेज दिता जांदा तां स्टेट सरकार है जिहड़ी वह फिर फैसला लैंदी आम केसां दे विच पर इन्हां केसां दे विच क्योंकि पोलिटिकल केस ने दिल्ली रखे जांदे आ जान बुझ के दिल्ली है जिहड़ी यूटी दे अंडर है यूटी दे उत्थे सरकार ने फैसला लिया हुण तां सरकार ने इस भुल्लर दे मसले च तां सरकार ने फैसला भी लिया होया पर वह जेलां दा महकमा है जिहड़ा वह दिल्ली सरकार दे अंदर होण करके उन्हूं एग्जीक्यूट जिहड़ा करना फैसले नूं वह दिल्ली सरकार ने करना इस करके फैसला जिहड़ा आ जिहड़े इस राजनीति कहदी है उन्हां दा जिहड़ा भविख है उस संबंध दे विच जिहड़ा आ पोलीटिकल प्रैशर इन्ना हुंदा आ कि वो देखा जाता कि इलैक्शनां दे विच फायदा देणगे जां नुकसान करनगे उन्हां दे कई माप तोल दे हिसाब नाल फिर वो जिहड़े आ उन्हां नूं जिहड़ा खमियाजा जिहड़ा उहदा कैदियां नूं जिहड़े असीं कहीए सियासी कैदी हुंदे आ उन्हां नूं भुगतना पैंदा चैनल अखबारां नूं 25-25 करोड़ हुण तक जिहड़ा आ फंड दे दिता गया आ इलैक्शन तों ते उहनां जिन्हां बंदिआं नूं पैसे चैनलां नूं पहुंच गए आ जां वड्डियां अखबारां नूं पहुंच गए आ वह द्वारा लोगों की गल है जी उन्होंने एग्रीमेंट ये होंगे कि तुम इस तरह की कोई खबर नहीं डिस्पले करनी जी उन्होंने पोलीटिकली उस पार्टियां नुकसान पहुँचाती होता नहीं लोग फैसले रोज कर रहे उन्होंने अपनी पार्टी के जोड़े विधायक है संधवा साहब उन्होंने भी झूठ आया आ होर बंदे उठा रहे हैं परंतु इन्हें इन्हों मीडिया के जोड़ा आ मीडिया जोड़ा आ वह एक किस्म का जोड़ा आजकल की जी पत्रकारी है वह कई चीज़ा प्रभावित होंगी है तो उस करके जिहड़े फैसले आ वो कई बार एग्जीक्यूट नहीं होंगे है हाँ जी बहुत धन्यवाद जी मैं थोड़ा टाइम लिया मैं बहुत बहुत धन्यवाद थोड़ा इस प्रोग्राम के जुड़न के लिए हाँ जी सर एक वड्डी गल जिहड़ी सामने आ रही है जिहड़े आप सपोर्टर ने आप जिहड़े वोट पाणगे हाँ जी सत श्री अकाल जी हाँ जी सत श्री अकाल जी ਸਤਿ ਸ੍ਰੀ ਅਕਾਲ
ਆਪਣੇ ਡਾਕਟਰ ਪਿਸ਼ਾਲ ਸਿੰਘ ਹੁਣੀ ਬਹੁਤ ਵਧੀਆ ਸੋਝੇ ਹੋਏ ਇਨਸਾਨ ਜਿਹੜੇ ਕਿ ਮੱਥੇ ਤੇ ਪ੍ਰੋਗਰਾਮ ਤੇ ਬੈਠੇ ਆ। ਹਾਂਜੀ ਹਾਂਜੀ। 547 ਤੋਂ ਲੈ ਕੇ ਹੁਣ ਤੱਕ ਸਾਡੇ ਪੰਜਾਬ ਦੇ ਨਾਲ ABC ਪਾਰਟੀ ਕੋਈ ਵੀ ਹੋਵੇ ਸਾਰਿਆਂ ਨੇ ਹੀ ਸਾਨੂੰ ਕੁੱਟਿਆ ਤੇ ਲੁੱਟਿਆ ਹੀ ਆ। ਹਾਂਜੀ। ਔਰ ਅੱਗੇ ਵਾਸਤੇ ਵੀ ਕੋਈ ਉਮੀਦ ਨੀ ਕੋਈ ਪੰਜਾਬ ਦਾ ਕੋਈ ਭਲਾ ਕਰਨਗੇ। ਹਾਂਜੀ। ਔਰ ਸਾਲ ਤੋਂ ਉੱਪਰ ਆਪਣੇ ਕਿਸਾਨ ਔਰ ਪੰਜਾਬੀ ਭਰਾ ਔਰ ਸਾਰੀਆਂ ਸਟੇਟਾਂ ਤੋਂ ਹੋਰ ਲੋਕ ਉੱਥੇ ਜਾ ਕੇ ਦਿੱਲੀ ਨਾਲ ਟੱਕਰ ਰਹੀ ਆ। ਹਾਂਜੀ। ਔਰ ਉਹਨਾਂ ਨੇ ਲੋਕਾਂ ਦੇ ਹੱਕ ਦੇ ਵਿੱਚ ਜੋ ਫਤਿਹ ਹਾਸਲ ਕੀਤੀ ਹੈਗੀ ਆ ਤੇ ਮੇਰਾ ਤਾਂ ਖਿਆਲ ਆ ਤੇ ਇਸ ਵੇਲੇ ਸਾਰੇ ਪੰਜਾਬੀਆਂ ਨੂੰ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਸੰਯੁਕਤ ਮੋਰਚਾ ਜਿਹੜਾ ਹੈਗਾ ਉਹਨਾਂ ਨੂੰ ਵੋਟਾਂ ਪਾ ਕੇ ਅੱਗੇ ਲੈ ਕੇ ਆਉਣਾ ਚਾਹੀਦਾ ਤੇ ਉਹਨਾਂ ਨੇ ਆਪਣੇ ਪਿੰਡੇ ਤੇ ਸਾਰਾ ਕੁਛ ਹਟਾਇਆ। 750 ਕਿਸਾਨ ਮਜ਼ਦੂਰ ਉੱਥੇ ਸ਼ਹੀਦ ਵੀ ਹੋਏ ਹੈਗੇ ਆ। ਠੀਕ ਹੈ ਜੀ ਸਰ, ਸਾਡੇ ਕੋਲ ਜਿਹੜਾ ਸਮਾਂ ਸੀਮਤ ਹੈ ਜੀ। ਹਾਂਜੀ ਹਾਂਜੀ ਹਾਂਜੀ, ਸਾਡੇ ਕੋਲ ਸਮਾਂ ਸੀਮਤ ਹੈ ਜੀ, ਸਾਡੇ ਜਿਹੜਾ ਸ਼ੋਅ ਦਾ ਸਮਾਂ ਸਮਾਪਤ ਹੋਣ ਵਾਲਾ ਜੀ। ਤੁਸੀਂ ਜਵਾਬ ਦਿਓ ਤੇ ਮੈਂ ਤਾਂ ਇਹੀ ਕਹੂੰਗਾ ਬਹੁਤ ਬਹੁਤ ਧੰਨਵਾਦ। ਹਾਂਜੀ, ਜਿਸ ਤਰ੍ਹਾਂ ਸਾਡੇ ਕਾਲਰ ਦਾ ਕਹਿਣਾ ਸੀਗਾ ਕਿ ਉਹਨਾਂ ਨੂੰ ਸਾਨੂੰ ਸਭ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੂੰ ਛੱਡ ਕੇ ਜਿਹੜਾ ਆ ਸੰਯੁਕਤ ਸਮਾਜ ਮੋਰਚੇ ਦੇ ਨਾਲ ਜੁੜਨਾ ਚਾਹੀਦਾ ਹੈ। ਅਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਉੱਘੇ ਵਿਦਵਾਨ ਜਿਹੜੇ ਸਾਡੇ ਡਾਕਟਰ ਖੁਸ਼ਹਾਲ ਸਿੰਘ ਜੀ, ਜਿਨ੍ਹਾਂ ਨੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਅਤੇ ਹੁਣ ਜਿਹੜਾ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ ਹੈ, ਇੱਦਾਂ ਦੀਆਂ ਵਿਚਾਰਾਂ ਲੈ ਕੇ ਮੁੜ ਤੋਂ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।